अभी सुन रहे हो चावला न्यूज नेटवर्क टोरंटो CNN टोरंटो। पटसा वेलकम, स्वागत है जी एनु, सत श्री अकाल। सत श्री अकाल जी, मेरे वालों आ रहे श्रोतियों नु दर्शकों नु सत श्री अकाल जी। की हाल चाल, ठीक ठाक? बड़ी कृपा जी। एकनाथ शिंदे दी पार्टी, मैं उधर निशान दिखाया भी सीगा इथे, किदा साहब नाल गलबात दे दें जी जी। सिखा ने किया विरोध, दो तलवारा ते ढाल दा संबंध सिख विरासत दे नाल है, की कहना चाहोगे? ਪਹਿਲੀ ਗੱਲ ਤੇ ਉਸ ਚੋਣ ਨਿਸ਼ਾਨ ਦੀ ਹੁਣ ਕੋਈ ਜਿਹੜੀ ਆ ਉਹ ਵੈਲਿਊ ਨਹੀਂ ਰਹੀ। ਕਿਉਂ ਨਹੀਂ ਰਹੀ? ਕਿ ਕਿਉਂ ਇਹ ਚੋਣ ਨਿਸ਼ਾਨ ਆਰਜ਼ੀ ਤੌਰ ਤੇ ਅੰਧੇਰੀ ਜਿਹੜੀ ਵਿਧਾਨ ਸਭਾ ਖਾਲੀ ਹੋਈ ਸੀ ਲੜਕੇ ਦੇ ਮਰ ਜਾਣ ਦੇ ਕਰਕੇ, ਤੇ ਇਸ ਕਰਕੇ ਜਿਹੜਾ ਵਾ ਉਹ ਉੱਥੇ ਚੋਣ ਨਿਸ਼ਾਨ ਆਰਜ਼ੀ ਮਿਲੇ ਸੀਗੇ। ਜਿਹੜਾ ਚੋਣ ਨਿਸ਼ਾਨ ਇਹਨਾਂ ਦਾ ਤੀਰ ਕਮਾਨ ਸੀ, ਜਿਹਨੂੰ ਧਨੁਸ਼ ਕਹਿੰਦੇ ਨੇ ਇਹਨਾਂ ਦੀ ਭਾਸ਼ਾ ਦੇ ਵਿੱਚ, ਉਹ ਇਹਨਾਂ ਨੇ ਚੋਣ ਕਮਿਸ਼ਨ ਨੇ ਜ਼ਬਤ ਕਰ ਲਿਆ ਸੀ, ਫ੍ਰੀਜ਼ ਕਰ ਦਿੱਤਾ ਸੀ ਵੀ ਤੁਹਾਡੇ ਦੋ ਤਿੰਨ ਲੜਾਈ ਪੈ ਗਈ, ਤੁਹਾਨੂੰ ਕਿਸੇ ਨੂੰ ਨੀ ਦੇਣਾ, ਤੁਹਾਨੂੰ ਨਵੇਂ ਚੋਣ ਨਿਸ਼ਾਨ ਦੇ ਜਾਣੇ ਜੀ। ਮਸਾਲ ਚੋਣ ਨਿਸ਼ਾਨ ਦਿੱਤਾ ਗਿਆ ਸੀ ਬਾਲ ਠਾਕਰੇ ਵਾਲੀ ਸ਼ਿਵ ਸੈਨਾ ਦੇ, ਇਹਨਾਂ ਨੂੰ ਦਿੱਤਾ ਗਿਆ ਸੀ ਇਹ ਦੋ ਤਲਵਾਰਾਂ ਤੇ ਢਾਲ। ਇੱਥੇ ਸਿੱਖਾਂ ਨੇ ਇਤਰਾਜ਼ ਜਤਾਇਆ ਵੀ ਭਾਈ ਇਹ ਸਾਡੀ ਜਿਹੜੀ ਆ ਇਹ ਚਿਰਨ ਆ, ਚਲੋ ਜਤਾਇਆ ਤੇ ਗਾ ਫੈਸਲਾ ਤੇ ਕਮਿਸ਼ਨ ਨੇ ਕਰਨਾ ਵਾ, ਲੇਕਿਨ ਇਹਦੀ ਹੁਣ ਵੈਲਿਊ ਕਿਉਂ ਨੀ ਰਹੀ? ਇਸ ਕਰਕੇ ਨਹੀਂ ਕਿ ਬਕਾਇਦਾ ਤੌਰ ਤੇ ਜਿਹੜੀ ਰੁਤਜਾ ਲੜਕੇ ਉੱਥੋਂ ਚੋਣ ਲੜ ਰਹੀ ਆ ਉਹ ਵਿਧਵਾ, ਉਹਦੇ ਹਸਪੀਟਲ ਚ ਡੈਥ ਹੋਈ ਸੀ, ਤੇ ਜਿਹੜਾ ਛਿੰਦੇ ਆ ਉਹਨੇ ਬਕਾਇਦਾ ਤੌਰ ਤੇ ਉਹਨੂੰ ਆਪਣੀ ਭੈਣ ਬਣਾਇਆ ਸੀ। ਅੱਛਾ ਅੱਛਾ। ਭਰਜਾਈ ਭਾਬੀ ਜੀ ਕਹਿੰਦਾ, ਭਾਬੀ ਜੀ ਕਹਿੰਦਾ ਸਾਨੂੰ ਲੜਕੇ ਨੂੰ, ਹੁਣ ਭਾਬੀ ਜੀ ਖਿਲਾਫ ਮੀਡੀਆ ਖੜੇ ਕਰੂਗਾ। ਦੂਸਰੀ ਗੱਲ, ਉਹ ਕਹਿੰਦੇ ਸਾਡੀ ਇੱਕ ਰਵਾਇਤ ਰਹੀ ਹੈ ਇੱਥੇ, ਜਦੋਂ ਵੀ ਇਸ ਤਰ੍ਹਾਂ ਬੰਦੇ ਕਿਸੇ ਡੈਥ ਹੁੰਦੀ ਅਚਾਨਕ ਮੁੜ ਕੇ ਜੋ ਬਾਈ ਇਲੈਕਸ਼ਨ ਹੁੰਦੀ ਆ ਉੱਥੇ ਦੂਸਰਾ ਬੰਦਾ ਉਮੀਦਵਾਰ ਖੜਾ ਨਹੀਂ ਕਰਦਾ। ਭਾਜਪਾ ਨੇ ਆਪਣਾ ਉਮੀਦਵਾਰ ਆਪਸ ਲੈ ਲਿਆ, ਇਹਨੇ ਸਪੋਰਟ ਕਰਨੀ ਸੀ ਭਾਜਪਾ ਦੀ, ਸਰਦ ਪਵਾਰ ਨੇ ਉਮੀਦਵਾਰ ਦੀ ਖੜਾ ਕੀਤਾ, ਕਾਂਗਰਸ ਦੀ ਖੜਾ ਕੀਤਾ, ਤੇ ਇੱਕੋ ਉਮੀਦਵਾਰ ਰਹਿ ਗਈ ਉਹ ਸ਼ਿਵ ਸੈਨਾ ਦੀ। ਇਸ ਕਰਕੇ ਹੋ ਸਕਦਾ ਵੀ ਉਹ ਬੀਬੀ ਬਿਨਾਂ ਮੁਕਾਬਲੇ ਜਿੱਤਦੇ। ਇਸ ਕਰਕੇ ਇਹ ਚੋਣ ਨਿਸ਼ਾਨ ਸਿੱਖਾਂ ਨੇ ਇਤਰਾਜ਼ ਜਤਾਇਆ ਵੀ ਇਹ ਸਾਡਾ ਸਿੰਬਲ ਆ, ਇਹ ਤੁਸੀਂ ਸਿੱਖਾਂ ਤੋਂ ਸਵਾਏ ਕਿਸੇ ਹੋਰ ਨੂੰ ਨਹੀਂ ਦੇ ਸਕਦੇ। ਇਹਦੇ ਤੇ ਫੈਸਲਾ ਫਿਰ ਚੋਣ ਕਮਿਸ਼ਨ ਕਰੇਗਾ। ਧਾਰਮਿਕ ਚਿੰਨ ਨੀ ਆ ਜੀ, ਤੇ ਧਾਰਮਿਕ ਇਹ ਨਿਸ਼ਾਨ ਨੀ ਆ ਜੀ, ਇਹ ਧਾਰਮਿਕ ਹੈ, ਇਹ ਖਾਲਸਾਈ ਪ੍ਰਾਤਨ ਖਾਲਸੇ ਨਿਸ਼ਾਨ ਪ੍ਰਾਤਨ ਵਿਰਸਾ ਜਿਹੜਾ ਉਹਦਾ ਨਿਸ਼ਾਨ ਆ, ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਮਤਲਬ ਸਿੱਖੀ ਪਰੰਪਰਾਵਾਂ ਨੂੰ ਜਾਣਦੇ ਨੇ ਉਹਨਾਂ ਨੇ ਸ਼ਾਇਦ ਇਹ ਆਪਣੇ ਘਰਾਂ ਦੇ ਵਿੱਚ ਰੱਖੇ ਵੀ ਹੁੰਦੇ ਨੇ, ਤੇ ਮੇਰੇ ਕੋਲ ਹੈ, ਮੈਂ ਉਦਣ ਵੀ ਦਿਖਾਇਆ ਸੀ ਇਹ, ਅੱਜ ਤੋਂ ਕੋਈ 30 ਵਰੇ ਪਹਿਲਾਂ ਲਿਆ ਕੇ ਆਂਦਾ ਸੀਗਾ ਵਤਨ ਤੋਂ, ਉਦੋਂ ਭਗਤ ਪੂਰਨ ਸਿੰਘ ਵਾਲੀ ਉਹ ਜਿਹੜੀ ਸੀ ਨਾ ਉਹ ਤੱਪੜੀ ਵਿਛੀ ਹੁੰਦੀ ਸੀ, ਹਾਂਜੀ, ਉਹਦੇ ਸਾਹਮਣੇ ਦੁਕਾਨਾਂ ਤੋਂ ਉੱਤੋਂ ਲਿਆਂਦਾ ਸੀ, ਇਹਦੀ ਗਾਥਾ ਵੀ ਬੜੀ ਤਕੜੀ ਸੁਣਾਈ ਸੀ ਲਿਆ ਕੇ ਮੈਂ। 1320 ਮੀਟਰ ਬੈ ਰੇਡੀਓ ਪ੍ਰੋਗਰਾਮ ਅਗਲਾ ਪੰਜਾਬ, ਸਾਡਾ ਸਤਿਕਾਰਯੋਗ ਧਾਰਮਿਕ ਚਿੰਨ ਹੈ। ਮੈਂ ਕਿਹਾ ਸੀ ਗੱਲ ਛਿੜੂਗੀ ਅਤੇ ਆਖਿਰ ਚਲੋ ਛਿੜ ਪਈ, ਉੱਧਰ ਸ਼ਾਇਦ ਕਹਿੰਦਾ ਹੋਊਗਾ ਕੋਈ ਵੀ ਐਵੇਂ ਮਾਰੀ ਜਾਂਦੀ ਹਵਾ 'ਚ, ਛਿੜ ਪਈ, ਹੈਗੇ ਨੇ ਕੋਈ ਥੋੜ੍ਹੇ ਬਹੁਤ। ਚਲੋ ਆ ਸਰਦਾਰ ਸਿਮਰਜੀਤ ਸਿੰਘ ਮਾਨ ਨਿੱਤ ਮਹਿਮਾ, ਕਸ਼ਮੀਰ ਨਹੀਂ ਵੜਨ ਦਿੱਤਾ ਗਿਆ, ਵੇਖ ਲਓ ਸਮੇਂ ਸਮੇਂ ਸਮਰੱਥਾ ਜੀ, ਸਮਾਂ ਕਿੱਡਾ, ਕਿੱਥੇ ਕਸ਼ਮੀਰ ਫਤਿਹ, ਕਿੱਥੇ ਕਸ਼ਮੀਰ 'ਚ ਵੜ ਨਹੀਂ ਦਿੱਤਾ ਗਿਆ, ਕਿੱਥੇ ਕਸ਼ਮੀਰ ਲਾਲ ਸਿੰਘ ਵਰਗਿਆਂ ਨੇ ਖਰੀਦ ਲਿਆ। ਸਰਦਾਰ ਸਿਮਰਜੀਤ ਸਿੰਘ ਮਾਨ ਮੁੱਦਾ ਬੜਾ ਅਹਿਮ ਉਠਾ ਲੈਂਦੇ ਜਿੱਥੇ ਉਹ ਕੈਮਰੇ ਉਹਨਾਂ ਦੇ ਫੋਕਸ ਰਹਿਣ, ਬਹਾਨਾ ਮਾਹੌਲ ਖਰਾਬ ਹੋਣ ਦਾ, ਕੀ ਕਹਿਣਾ ਚਾਹੋਗੇ? ਦੇਖੋ, ਸਰਦਾਰ ਸਿਮਰਜੀਤ ਸਿੰਘ ਮਾਨ ਇਹ ਕਹਿ ਰਹੇ ਨੇ ਵੀ ਅਸੀਂ ਜਿਹੜੇ ਹਿੰਦੂ ਪਰਿਵਾਰ ਉੱਥੇ ਮਾਰੇ ਗਏ, ਕੁਝ ਜੀ ਮਾਰੇ ਗਏ, ਉਹਨਾਂ ਦਾ ਅਸੀਂ ਜਿਹੜਾ ਅਸੀਂ ਅਫਸੋਸ ਕਰਨ ਜਾ ਰਹੇ। ਲੇਕਿਨ ਜਿਹੜੀ ਉੱਥੋਂ ਦਾ ਪ੍ਰਸ਼ਾਸਨ ਸਰਕਾਰ ਤੋਂ ਵੀ ਹੈ ਨਹੀਂ, ਉਹਨਾਂ ਨੇ ਇਹਨਾਂ ਨੂੰ ਜੰਮੂ ਐਂਡ ਜੰਮੂ ਆਪਣੇ ਐਂਟਰ ਕਰਦਿਆਂ ਹੀ ਕਸ਼ਮੀਰ, ਜੰਮੂ ਕਸ਼ਮੀਰ ਦਾ ਬਾਰਡਰ ਐਂਟਰ ਕਰਦੇ ਹੀ ਰੋਕ ਲਿਆ ਉੱਥੇ।
रोक के कहा भी तुहाडे कोले कोई अगाऊ परमिशन सरकार दी नहीं, वो कहिंदे असीं देश दे नागरिक नहीं, फिर पार्लीमेंट मैंबर हां मैं, असीं कोई डाका मारने चले, कोई चोरी करनी चले, असीं जाके लोगों नूं मिलांगे भी उत्थों दे हालात शांत कीते जाण किसी तरीके नाल, नाले असीं जिहड़े परिवार हिंदू मारे गए ने उत्थे उन्हां दे परिवारां नूं मिल के उन्हां दा हमदर्दी जतावांगे। तुहानूं पता होएगा जिस दिन उत्थे चार दो हिंदू मरे शुद्ध मेरे ख्याल ते बकायदा तौर पर मान साहब ने उन्होंने अफसोस भी प्रकट किया कि क्या भाई ये तुम गलत कर रहे हो, यह बर्दाश्त नहीं किया जाएगा। कला सिर्फ यह नहीं भी मुसलमानों की हमदर्दी की, जो हिंदुओं का धक्का होया जो साडा विरसा वा, साडा विरसा भी यही कहता वा जिथे भी कितने तकावे असी जुलम से जानम के खिलाफ लड़ना वा, ना कि किसी व्यक्ति विशेष या किसी होर के खिलाफ। हुण मान साहब कल गए ने इन्हों बॉर्डर एंटर करते ही रोक लिया गया, रोक लिया उ बह गए, फिर ये रात के धरना ला के बैठे, इन्होंने साथ भी बैठे आ, लेकिन यह डेमोक्रेसी का कतल नहीं तो होर की अगला छात्री तरीके जा रहा। तुम प्रबंध करना ढाई ड्यूटी है, वो ड्यूटी नहीं हैगी, तुम कहने परमिशन नहीं, क्यों ये पाकिस्तान कितने जा रहे हैं, पाकिस्तान का दर्जा तुम आप दे रहे हो, फिर आप कह रहे हो तुम। हम वेखो अजे तक तो उ जी मेरी इंफॉर्मेशन के मुताबिक हूं तक वो उत्थे डेरे ला के बैठे ने, असी तो भाई आवे आए जावे, कदों परमिशन मिलती है कदों तुरदे ये कोई जानकारी नहीं है जी। पटी साहब पंजाब दे विच सब तो वड्डा मसला जिहड़ा है वह जिथे गुरु ग्रंथ साहब जी की पावन पवित्र सरूपां की बेअदबी, उस तो बाद सिलसिला लगातार जारी बयानबाजियां गर्मा गर्म, और सब तो वड्डी गल है कि भाई अमृतपाल सिंह जो थोड़े ही समय दे विच एक लहर बन के उभर गए ने, हुण कोई लहर नूं लहर कवे चाहे ना कवे, वो उन्हां दी सोच है एक लहर जी बन गई है उन्हां दे मगर नौजवान भी ने, अधखाड़ उम्र के भी ने, राह दसेरा लभ रहे ने लोग जिहड़ी मतलब जिहड़ी जिहड़े महसूस करते हैं कि साडे नाल धक्का हो रहा है, साडे नाल वधीकियां हो रही ने, गुरु ग्रंथ साहब की बेअदबी हो रही है, जना खना उठ के कोई भी गल कह जाता, वो लोग मेरे ख्याल दे विच इहदे विचों अपना आगू लभ रहे ने भाई अमृतपाल सिंह नूं, उन्हों पेश भी इस तरीके नाल गया। सोशल नैटवर्क मीडिया का जमाना कह लो, मतलब कुछ भी कह लो कि वह बोलचाल रहन सहन खाण पीन ढंग जो कुछ भी है उन्होंने जिस तरीके प्रचारिया जा रहा, वो कुछ बयान जोड़े ने गर्म ने तत्ते ने आप गलबात करते रहने, बेपरवाह वा बयानबाजी दे रहा वा उत्ते किंतु परंतु हो रही है, और लोग विरोध भी ने। जलंधर जिहड़ा ईसाई भाईचारे के लोगों वालों अमृतपाल सिंह विरुद्ध की गई है नारेबाजी और मुकदमा दर्ज कर गल हो रही ने कि उसने यूसुफ मसीह बारे कुछ बोलिया है, तो वह कहना है कि तुम साढ़े गुरुआ शैतान आख दौ तो प्रसाद लैन तो मना कर दौ, एक काफ़ी वड्डा वाद विवाद शुरू होया, की कहना चाहोगे? पहली गल तो ईसाई कहते हैं कि सानू यह विखा दौ, कोई बयान विखा दे, कोई गल विखा दे जिथे गुरुआ बारे टिप्पणी की, कोई विखा दौ कहते। दूसरी चीज यह गल है भाई अमृतपाल सिंह ग्रंथ थोड़ा जा सबर तो कम लेना चाहिए, यह लड़ाई आरएसपी ते साइयां दी है, साडे गल नहीं पैनी चाहिए, असी अपनी गल क्यों पा रहे लड़ाई, इहदा की कारण है पिछे। दुनिया के 65% जिहड़े आ उह ईसाई ने, जे इत्थे कोई गड़बड़ हुंदी आ ते इहदा जिहड़ा असर उह बाकी देशां दे वी पऊगा। बिलकुल शुरू च कहा ही आपां, जे बाकी देशां ते पैंदा ते फिर सिखां ते इहदा चुल्ली पिछड़े पैणा वा। अज भी तुसी इंग्लैंड दे विच पासपोर्ट लैंदे हो ते राणी जी सौ खा के लैंदे, उत्थों दी कमीन दी जां उत्ते प्रिंस बन गया सौ खा के लैंदे तुसी उहदी, जे उहदी सौ भी खांदे हो तुसी। हुण तुसी अगली गल कर दित्ती आ ईसाइयां नूं कोई चंगा कीता, साडा महाराजा रणजीत सिंह दा राज ते कब्जा कर लिया, महाराजा दलीप सिंह नूं जिहड़े ईसाई बना दित्ता, बिल्कुल तुहाडियां गल्लां ठीक नहीं हैगियां, पर किहड़े संदर्भ सीगे ओ? अज दे संदर्भ जे गल कीती जावे तुसीं उस चीज़ नूं नाल जोड़ के नहीं वेख सकदे, ओह क्यों बणे की होया तुहानूं पिछे सभ नूं पता ही है,
ਅੱਜ ਜੇ ਤੁਸੀਂ ਇਹੋ ਜਿਹੀ ਇੱਥੇ ਗੱਲ ਕਰਦੇ ਹੋ, ਫਿਰ ਕਹਿੰਦੇ ਆ ਭਾਈ ਅੰਮ੍ਰਿਤਪਾਲ ਸਿੰਘ ਦੀ ਇਹ ਲੜਾਈ ਆਰ ਐਸ ਬੀ ਤੇ ਈਸਾਈਆਂ ਦੀ ਸਾਡੀ ਲੜਾਈ ਨਹੀਂ। ਆਪਣੇ ਗੱਲ ਜਾਣ ਬੁੱਝ ਕੇ ਨਾ ਪਾਓ ਤੁਸੀਂ ਇਹਨੂੰ। ਜੇ ਉਹਨਾਂ ਨੇ ਉਹ ਕਹਿੰਦੇ ਆ ਵਿਖਾਓ ਸਾਨੂੰ ਕੋਈ ਬਿਆਨ, ਜਿਹੜਾ ਅਸੀਂ ਕੋਈ ਬਿਆਨ ਦਿੱਤਾ, ਸਾਡੀ ਕੋਈ ਕੈਸਟ ਵਿਖਾ ਦਿੱਤੀ, ਸਾਡੀ ਕੋਈ ਗੱਲ ਵਿਖਾਲੀ ਸੀ, ਗੁਰੂਆਂ ਤੇ ਕੋਈ ਟਿੱਪਣੀ ਕੀਤੀ ਆ। ਚਾਵਲਾ ਸਾਹਿਬ ਜਰਮਨ ਦੇ ਉੱਤੋਂ ਅੰਗਰੇਜ਼ ਆਉਂਦੇ ਸੀ ਹਰ ਸਾਲ ਦਸੰਬਰ ਦੇ ਵਿੱਚ, ਦਰਬਾਰ ਸਾਹਿਬ ਮੱਥਾ ਵੀ ਟੇਕਦੇ ਸੀ, ਪ੍ਰਸ਼ਾਦ ਵੀ ਲੈਂਦੇ ਸੀ, ਤੇ ਉਹਨਾਂ ਦੇ ਵਿੱਚ ਇਹਨਾਂ ਦੇ ਇੱਕ ਡਾਕਟਰ ਨਾਂ ਭੁੱਲ ਗਿਆ ਮੈਨੂੰ ਉਹਦਾ, ਉਹ ਕਹਿੰਦਾ ਸੀ ਮੈਂ ਗੁਰੂ ਗ੍ਰੰਥ ਪੜ੍ਹ ਲੈਂਦਾ, ਅਰਥ ਵੀ ਕਰ ਲੈਂਦਾ। ਹਰ ਦਸੰਬਰ ਤੇ ਉਹ ਇੱਥੇ ਮੱਥਾ ਟੇਕਾਉਂਦਾ ਸੀ ਦਰਬਾਰ, ਹਰ ਦਸੰਬਰ ਦੇ ਵਿੱਚ। ਇਹੋ ਜਿਹੇ ਭਗਤ ਵੀ ਹੈਗੇ ਆ। ਅੰਮ੍ਰਿਤਪਾਲ ਜੀ ਸ਼ਾਇਦ ਤੁਹਾਨੂੰ ਜਾਣਕਾਰੀ ਇਹ ਨਾ ਹੋਵੇ, ਜਦੋਂ ਸਾਡਾ ਫਰਾਂਸ ਦੇ ਵਿੱਚ ਇਸ਼ੂ ਸੀ ਨਾ ਗਰਮਾ ਗਰਮ ਸੀ ਪਗੜੀ ਦਾ, ਜੇ ਪਹਿਲਾ ਮਤ ਪਾਸ ਕੀਤਾ ਸੀ ਸਾਡੇ ਹੱਕ ਦੇ ਵਿੱਚ ਈਸਾਈਆਂ ਦੀ ਸੀਨਟ ਕੀਤਾ ਗਿਆ ਸੀ, ਜਿਹਦੇ ਵਿੱਚ 400 ਕੰਟਰੀ ਜਿਹੜੇ ਸੀ ਉਹ ਡਿਗਲੀ ਸ਼ਾਮਿਲ ਹੋਏ ਸੀ। ਬਕਾਇਦਾ ਤੌਰ ਤੇ ਸਿੱਖਾਂ ਦੀ ਪਗੜੀ ਬਾਰੇ ਉੱਤੇ ਸਾਡੇ ਬਿਸ਼ਪ ਪੀ ਕੇ ਸਵੰਤਾ ਰਾਏ ਉਹਨਾਂ ਨੇ ਵਿਸਤਾਰ ਨਾਲ ਦੱਸਿਆ ਸੀ ਅੰਗਰੇਜ਼ੀ ਭਾਸ਼ਾ ਦੇ ਵਿੱਚ ਵੀ ਇਹ ਪਗੜੀ ਦਾ ਮਹੱਤਵ ਕੀ ਹੈਗਾ, ਕੇਸਾਂ ਦਾ ਮਹੱਤਵ ਕੀ ਆ, ਕਕਾਰਾਂ ਦਾ ਮਹੱਤਵ ਕੀ ਆ, ਤੇ ਉਹਨਾਂ ਦੀ ਸੀਨਟ ਦੇ ਵਿੱਚ ਸਰਬਸੰਮਤੀ ਦਾ ਮਤਾ ਪਾਸ ਕੀਤਾ ਗਿਆ ਸੀ। ਉਹਦੀ ਕਾਪੀ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਵੀ ਭੇਜੀ ਗਈ ਸੀ, ਪਤਾ ਨੀ ਸੰਭਾਲ ਕੇ ਰੱਖੀ ਕਿ ਨਹੀਂ ਰੱਖੀ ਇਹਨੇ। ਉਹਨਾਂ ਦੇ ਜਿਹੜੇ ਡਾਕਟਰ ਸੈਮੂਅਲ ਕੋਬਿਆ ਜਿਹੜੇ ਵਰਲਡ ਕੌਂਸਲ ਚੈਪਟਰ ਦੇ ਜਿਹੜੇ ਹੈਗੇ ਸੀ ਜਨਰਲ ਸੈਕਟਰੀ, ਉਹ ਇੱਥੇ ਅੰਮ੍ਰਿਤਸਰ ਆਏ ਸੀ, ਦਰਬਾਰ ਸਾਹਿਬ ਮੱਥਾ ਵੀ ਟੇਕ ਕੇ ਗਏ ਸੀ, ਉਹਨਾਂ ਨੂੰ ਸਾਰੀ ਗੱਲ ਦੱਸੀ ਵੀ ਸੀਗੀ। ਉਹਨੇ ਅੱਗੇ ਜੇ ਸਾਡੀ ਉੱਥੇ ਗੌਰਮੈਂਟ ਹੁੰਦੀ ਤੇ ਅਸੀਂ ਤੁਹਾਡਾ ਇੱਥੇ ਕੰਮ ਕਰਾ ਦਿੰਦੇ, ਵੇਖੇ ਦੇਖੀ ਸਾਡੀ ਗੌਰਮੈਂਟ ਨਹੀਂ, ਲੇਕਿਨ ਅਸੀਂ ਆਪਣੇ ਲੈਵਲ ਤੇ ਪੂਰਾ ਦਬਾਅ ਪਾਵਾਂਗੇ ਵੀ ਸਿੱਖਾਂ ਦੀ ਪਗੜੀ ਦਾ ਇਸ਼ੂ ਬਿਲਕੁਲ ਜਾਇਜ਼ ਆ, ਇਹਨੂੰ ਤੁਸੀਂ ਬੰਦ ਨਹੀਂ ਕਰ ਸਕਦੇ। ਨਾਲ ਉਹਨਾਂ ਕੀ ਕਿਹਾ ਸੀ, ਉਹਨਾਂ ਇੰਨੀ ਗੱਲ ਸੀ ਵੀ ਜਿਹੜਾ ਵੀ ਕਾਰਨ ਸੰਬੰਧਿਤ ਤੁਸੀਂ ਹੁਣ ਤੱਕ ਫਰਾਂਸ ਗੌਰਮੈਂਟ ਨੇ ਕੀਤਾ, ਉੱਥੋਂ ਦੀ ਅੰਬੈਸੀ ਨੇ ਕੀਤਾ ਵਾ, ਇੰਡੀਆ ਦੀ ਗੌਰਮੈਂਟ ਨੇ ਕੀਤਾ ਵਾ, ਉਹ ਮੇਰੀ ਮੇਲ ਤੇ ਪਾ ਦਿਓ ਤਾਂ ਕਿ ਮੈਨੂੰ ਉਹਨਾਂ ਨੂੰ ਲਿਖਣਾ ਸੁਖਾਲਾ ਹੋ ਜੂ। ਲੇਕਿਨ ਸਾਡੀ ਸ਼੍ਰੋਮਣੀ ਕਮੇਟੀ ਨੇ ਕਹਿ ਦਿੱਤਾ ਸੀ ਪਾ ਦਿਆਂਗੇ, 2 ਮਹੀਨੇ ਬੀਤ ਕੇ ਜੋ ਥੋੜਾ ਜ਼ੋਰ ਨਾਲ ਕਿਹਾ, ਕਹਿੰਦੇ ਜੇ ਹੁੰਦਾ ਨਾ ਤੁਸੀਂ ਰਹਿੰਦੇ ਕੀ ਪਾਲੋ। ਇਹ ਜਵਾਬ ਸੀ ਸਾਡਿਆਂ ਦਾ, ਤੇ ਉਹਨਾਂ ਨੇ ਮਤੇ ਦੀ ਕਾਪੀ ਚਾਹੀਦੀ ਹੋਊ ਤੇ ਅਜੇ ਵੀ ਮੈਂ ਮੰਗਵਾ ਕੇ ਤੁਹਾਨੂੰ ਭੇਜ ਸਕਦਾ, ਜਿਹੜੀ ਉਹ ਸੀਨਟ ਪਾਸ ਕੀਤੀ ਗਈ ਸੀ। ਸੀਨਟ ਦੀ ਇੱਕ ਸਟੇਟ ਦੀ ਵਾਰੀ ਘੱਟੋ ਘੱਟ 22 ਸਾਲ ਬਾਅਦ ਆਉਂਦੀ ਹੈ, 2 ਸਾਲ ਬਾਅਦ ਸੀਨਟ ਦੀ ਉਹਨਾਂ ਦੀ, ਤੇ 22 ਸਾਲ ਬਾਅਦ ਇੰਡੀਆ ਚ ਵਾਰੀ ਜਾ ਕੇ ਆਉਣੀ ਇਹਦੀ ਵੀ ਸੀਨਟ ਸੀਡ ਕਰਨੀ ਉਹਨਾਂ ਨੂੰ। ਤੇ ਜੇ ਪਹਿਲਾ ਮਤਾ ਉਹਨਾਂ ਪਾਸ ਕੀਤਾ ਸੀ ਤੇ ਫਿਰ ਉਹਦੇ ਬਾਰੇ ਤੁਸੀਂ ਕੀ ਕਹੋਗੇ? ਪਗੜੀ ਦਾ ਮਤਾ ਕਿਸੇ ਹੋਰ ਨੇ ਨਹੀਂ ਕੀਤਾ, ਕਿਸੇ ਹੋਰ ਧਾਰਮਿਕ ਆਗੂ ਨੇ ਕੀਤਾ ਸਵਾਏ ਈਸਾਈਆਂ ਦੇ ਉੱਤੋਂ। ਇਸ ਕਰਕੇ ਪਰ ਜਿਹੜੀ ਭੱਟੀ ਸਾਹਿਬ ਇੱਥੇ ਦੋ ਚੀਜ਼ਾਂ, ਭੱਟੀ ਸਾਹਿਬ ਬਹੁਤ ਡਿਟੇਲ 'ਚ ਤੁਸੀਂ ਗੱਲਬਾਤ ਕੀਤੀ, ਦੋ ਚੀਜ਼ਾਂ ਨੇ ਸਾਡੇ ਨਾਲ ਹੀ ਕਿਊਬਕ ਹੈ, ਉੱਥੇ ਵੱਡੀ ਤਾਦਾਦ ਦੇ ਸਾਡੇ ਸਿੱਖ ਭਾਈਚਾਰਾ, ਹਿੰਦੂ ਭਾਈਚਾਰਾ, ਬਾਕੀ ਮੁਸਲਮਾਨ ਭਾਈਚਾਰਾ ਵੀ ਰਹਿੰਦਾ ਉੱਥੇ। ਉਹਨਾਂ ਨੇ ਧਾਰਮਿਕ ਚਿੰਨ੍ਹ ਦੇ ਉੱਤੇ, ਤੁਹਾਨੂੰ ਪਤਾ ਹੋਊਗਾ ਕਿ ਬਹੁਤ ਸਖਤੇ ਦੇ ਵਿੱਚ ਨੇ ਲੋਕ ਉੱਥੇ ਮੂਵ ਹੋ ਗਏ ਨੇ, ਉੱਥੇ ਵੀ ਵੱਡਾ ਇਸ਼ੂ। ਸੈਕਿੰਡ, ਸਭ ਤੋਂ ਵੱਡੀ ਗੱਲ ਇਹ, ਮੁਸਲਮਾਨਾਂ ਦੇ ਵਿੱਚ ਵੀ ਅਸੀਂ ਕਹਿੰਦੇ ਕਿ ਮੁਸਲਮਾਨਾਂ ਦੇ ਵਿੱਚ ਵੀ ਦੋ ਫਿਰਕੇ, ਦੋ ਤਿੰਨ ਹੋਣਗੇ, ਸ਼ੀਆ ਸੁੰਨੀ ਅਤੇ ਅਹਿਮਦੀਏ, ਠੀਕ ਹੈ ਜੀ। ਈਸਾਈ ਧਰਮ ਦੇ ਵਿੱਚ ਵੀ ਤਾਂ ਤਬਕੇ ਨੇ, ਹੁਣ ਆਪਾਂ ਤਬਕਿਆਂ ਦੀ ਵੀ ਨਾਲ ਗੱਲ ਕਰਾਂਗੇ, ਆਪਾਂ ਲਪੇਟਾ ਕਰਕੇ 'ਚ ਰੱਖ ਜਾਵਾਂਗੇ ਅਤੇ ਫਿਰ ਗੋਲਾ ਬਣਾ ਕੇ ਰੱਖ ਦਿੱਤਾ, ਅਤੇ ਗੋਲਾ ਬਣਾ ਕੇ ਰੱਖਣ ਦੇ ਨਾਲ, ਕਿਉਂਕਿ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਮੈਂ ਹੋਸ਼ ਨਾਲ ਹੀ ਬਹਿਣਾ, ਜੇ ਬਦਹੋਸ਼ ਹੋ ਕੇ ਬਹੂੰਗਾ, ਬੇਹੋਸ਼ ਹੋ ਕੇ ਬਹੂੰਗਾ ਤਾਂ ਫਿਰ ਗੱਲ ਵੱਖਰੀ ਹੈ। ਗੱਲ ਤਾਂ ਇਹ ਨਾ ਕਿ ਈਸਾਈ ਧਰਮ ਦੇ ਵਿੱਚ ਵੀ ਤਾਂ ਕਿੰਨੇ ਨੇ ਫਿਰਕੇ, ਹੁਣ ਕਿਹੜੇ ਧਰਮ ਦੇ ਫਿਰਕਿਆਂ ਦੇ ਨਾਲ ਇਹ ਸਾਡਾ ਜਿਹੜਾ ਇੱਥੇ ਵਾਦ ਵਿਵਾਦ ਸ਼ੁਰੂ ਕਰਵਾ ਦਿੱਤਾ ਗਿਆ। ਹੁਣ ਮੈਂ ਭਾਈ ਅੰਮ੍ਰਿਤਪਾਲ ਦਾ ਕੋਈ ਹੱਕ ਨਹੀਂ, ਪੱਖ ਨਹੀਂ ਪੂਰਦਾ, ਭਾਈ ਅੰਮ੍ਰਿਤਪਾਲ ਨੂੰ ਜਿਹੜੇ ਜਿਹੜੇ ਹੁਣ ਥਾਪੜਾ ਦੇ ਕੇ ਗਏ ਨੇ, ਜਿਹੜੇ ਜਿਹੜੇ ਦਸਤਾਰਾਂ ਸਜਾ ਕੇ ਗਏ ਨੇ ਦਸਤਾਰ ਵਾਰਸ ਪੰਜਾਬ ਵਾਲੇ ਦਿਨ, ਉਹਦੇ ਵਿੱਚ ਕੌਣ ਕੌਣ ਨੇ, ਉਹ ਵੀ ਖੋਜ ਪੜਤਾਲ ਦਾ ਇੱਕ ਬੜਾ ਵੱਡਾ ਵਿਸ਼ਾ ਹੈ। ਭਾਈ ਅੰਮ੍ਰਿਤਪਾਲ ਨੂੰ ਦਸਤਾਰਬੰਦੀ ਤੋਂ ਪਹਿਲਾਂ ਮੁਲਾਕਾਤਾਂ ਕਿਹਨਾਂ ਨੇ ਕਰ ਲਈਆਂ? ਇਹਨਾਂ ਨੇ ਕਰ ਲਈਆਂ, ਠੀਕ ਠੀਕ।
ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਉਹ ਜਿਹੜੀ ਸੋਚਦੇ ਲੋਕ ਨੇ ਉਹ ਬੜੇ ਉੱਤੇ ਨੇ, ਪਰ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਜੀ ਗੱਲ ਕਹਿ ਰਹੇ ਨੇ ਉਹ ਸ਼ਾਇਦ ਤੱਤੇ ਤਾਂ ਜ਼ਰੂਰ ਨੇ ਪਰ ਉੜਿਆ ਹੋਇਆ ਆਪਣੀ ਗੱਲ ਦੇ ਉੱਤੇ ਕਿ ਮੈਂ ਕਿਹਾ ਵਾ, ਮੈਂ ਤੱਥਾਂ ਦੇ ਆਧਾਰ 'ਤੇ ਗੱਲ ਕਰਦਾ। ਹਾਂ, ਮੈਂ ਸਵਾਲ ਪਹਿਲਾਂ ਵੀ ਉਠਾ ਚੁੱਕਾਂ, ਹੁਣ ਵੀ ਉਠਾ ਚੁੱਕਾਂ, ਮੇਰੇ ਵੀਰ ਜੀ ਨੇ ਕੁਐਸਚਨ ਵੀ ਕੀਤੇ, ਮੈਂ ਕੁਐਸਚਨਾਂ ਦੇ ਜਵਾਬ ਵੀ ਦਿੱਤੇ। ਸਿੱਖੀ ਕਦੇ ਵੀ ਕਰਾਮਾਤਾਂ ਦੇ ਨਾਲ ਨਹੀਂ ਖੜਦੀ, ਠੀਕ ਆ। ਸਾਡੇ ਵਿੱਚ ਕਰਾਮਾਤਾਂ ਕਰਕੇ ਲੋਕਾਂ ਨੂੰ ਠੱਗਣ ਵਾਲੇ ਹਨ, ਅਤੇ ਗੁਰੂ ਨਾਨਕ ਮਹਾਰਾਜ ਸਾਨੂੰ ਪਹਿਲਾਂ ਹੀ ਕਹਿ ਗਿਆ, ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਇਹਨਾਂ ਤੋਂ ਠੱਗਾਂ ਤੋਂ ਦੂਰ ਰਹੋ। ਉਹ ਹਰ ਉਸ ਥਾਂ 'ਤੇ ਗਏ ਜਿੱਥੇ ਲੋਕ ਧਰਮ ਦਾ ਪਹਿਰਾਵਾ ਪਾ ਕੇ ਲੋਕਾਂ ਨੂੰ ਠੱਗਦੇ ਸਨ। ਕਰਾਮਾਤਾਂ ਦੀ ਗੱਲ ਨਹੀਂ ਸਿੱਖੀ ਦੇ ਵਿੱਚ ਹੈਗੀ। ਜੇ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਦੀ ਗੱਲ ਕਰਦੇ ਹਾਂ ਆਪਾਂ, ਉਹ ਉਸ ਵਕਤ ਜ਼ਖਮੀ, ਵੇਖੋ ਹੁਣ ਜਿਹੜੀ ਤਸਵੀਰ ਬਣਾ ਦਿੱਤੀ ਗਈ, ਤਸਵੀਰਾਂ ਦੇ ਨਾਲ ਸਾਡੇ ਅੰਦਰ ਵਾਰ ਦਿੱਤਾ ਗਿਆ, ਪ੍ਰਚਾਰ ਕਰਦੇ ਪਏ ਹਾਂ ਅਸੀਂ ਉਹ ਚੀਜ਼ ਨਾਲ। ਸਾਨੂੰ ਹੁਣ ਇਹੀ ਸਵਾਲਾਂ ਦੇ ਇੱਦਾਂ ਕਰਦੇ ਹਾਂ, ਚਾਰੋਂ ਮੁੜਦੀਆਂ ਨਾ ਵਾਪਸ, ਇਹ ਮੁੜਨਗੀਆਂ। ਅਰਦਾਸ ਕਦੇ ਬਿਰਥੀ ਨਹੀਂ ਜਾਂਦੀ। ਅਰਦਾਸ ਸੱਚੇ ਮਨੋ ਕੀਤੀ ਹੋਵੇ, ਸ਼ਰਧਾ ਦੇ ਨਾਲ ਕੀਤੀ ਹੋਵੇ, ਵਿਸ਼ਵਾਸ ਨਾਲ ਕੀਤੀ ਹੋਵੇ, ਅਰਦਾਸ ਹਰ ਧਰਮ ਹਰ ਮਜ਼ਹਬ 'ਚ ਪੂਰੀ ਹੁੰਦੀ ਹੈ, ਬੰਦੇ ਦੇ ਵਿੱਚ ਉਹ ਇੱਥੇ ਵੱਸਦਾ ਨਾ, ਉਹ ਕਹਿੰਦੇ ਅਤੇ ਉਹ ਇੱਥੇ ਵੱਸਦਾ ਅਤੇ ਇੱਥੋਂ ਵੱਸਦਾ, ਸੁਣਦਾ ਕਿ ਹੁਣ ਬਈ ਇਹ ਮੇਰੀ ਮੈਨੂੰ ਪੁਕਾਰ ਰਿਹਾ, ਮੈਂ ਬਾਹਰ ਆਵਾਂ। ਅਰਦਾਸ ਅਸੀਂ ਗੱਲ ਕਰ ਲਈ ਹੈ ਸਾਰੀ ਘੋਲ ਮੋਲ ਕੇ ਕਿ ਉਹਨਾਂ ਨੇ ਸਾ ਦਸਤਾਰ ਦੇ ਬਾਰੇ ਗੱਲ ਕੀਤੀ, ਜੋ ਕੀਤੀ, ਪਰ ਅਸੀਂ ਗੋਲਾ ਬਣਾ ਦਿੱਤਾ। ਸਿੱਖਾਂ ਦੇ ਵਿੱਚ ਵੀ ਕਿੰਨੀਆਂ ਨੇ, ਸਿੱਖਾਂ ਦੇ ਵਿੱਚ ਤਾਂ ਹੈ ਹੀ ਬਹੁਤ ਜ਼ਿਆਦੀਆਂ, ਤੁਸੀਂ ਗਿਣਾ ਦਿਓ ਕਿੰਨੀਆਂ ਕਿ ਤੁਹਾਨੂੰ ਯਾਦ, ਬਾਕੀ ਜੇ ਰਹਿ ਗਈ ਤਾਂ ਮੈਂ ਗਿਣਾ ਦੂੰਗਾ। ਆ ਕਰਾਮਾਤਾਂ ਵਾਲੀ ਪਹਿਲਾਂ ਚਿੱਟੀ ਸਿਉਂਕ ਲੈ ਲੈਂਦੇ ਹਾਂ, ਕਰਾਮਾਤਾਂ ਵਾਲੀ ਕਿੰਨੀ ਚਿੱਟੀ ਸਿਉਂਕ ਆ, ਜਿਹੜੀ ਸਿੱਖੀ ਦੀਆਂ ਪਰੰਪਰਾਵਾਂ ਦੀਆਂ ਧੱਜੀਆਂ ਉਡਾ ਰਹੇ। ਹਾਂ ਬਿਲਕੁਲ, ਸਾਡੇ ਵੀਰ ਨੇ ਸਵਾਲ ਕੀਤਾ ਸੀ ਕਿ ਭਾਈ ਅੰਮ੍ਰਿਤਪਾਲ ਜੀ ਇਹ ਸਵਾਲ ਕਰ ਰਿਹਾ ਅਤੇ ਕੱਲ੍ਹ ਨੂੰ ਆ ਜਿਹੜੇ ਕਰਾਮਾਤਾਂ ਵਾਲੇ ਸਿੱਖ ਨੇ ਇਹਨਾਂ 'ਤੇ ਸਵਾਲ ਕਰਨਗੇ, ਅਤੇ ਜਾਇਜ਼ ਹੈ ਸਵਾਲ ਉਹਨਾਂ ਦਾ, ਜਾਇਜ਼ ਆ। ਅਤੇ ਮੈਂ ਤਾਂ ਸਵਾਲਾਂ ਦੇ ਜਵਾਬ ਦਿੱਤੇ ਕਿ ਮੈਂ ਕਿਹਾ ਜੇ ਮੈਨੂੰ ਕੋਈ ਪੁੱਛੂਗਾ, ਤੁਸੀਂ ਮੈਨੂੰ ਪੁੱਛਦੇ ਹੋ, ਅਤੇ ਮੈਂ ਭਾਈ ਜੱਟੂ ਚੋਂ ਤੋਂ ਸ਼ੁਰੂ ਹੋਇਆ ਗੁਰੂ ਨਾਨਕ ਮਾਲੀ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੱਕ, ਅਤੇ ਗੁਰੂ ਅਰਜਨ ਦੇਵ ਜੀ ਨੇ ਮਹਾਰਾਜ ਨੇ ਕਰਾਮਾਤ ਕੋਈ ਨਹੀਂ ਦਿਖਾਈ। ਵੱਡੇ ਸਾਹਿਬਜ਼ਾਦਿਆਂ ਨੂੰ ਆਪ ਥਾਪੜਾ ਦੇ ਕੇ ਬਾਪੂ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਮੈਦਾਨੇ ਜੰਗ 'ਚ ਤੋਰਿਆ, ਕਰਾਮਾਤ ਕੋਈ ਨਹੀਂ ਦਿਖਾਈ। ਕਰਾਮਾਤ ਜੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਹਾਡੇ ਸਾਹਮਣੇ ਹੀ ਆ, ਬਾਣੀ ਦੀ ਤਾਂ ਇੱਕ ਤੁੱਕ ਨਹੀਂ ਬਦਲ ਦਿੱਤੀ। ਮਾਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਤੋਂ ਆ ਗਏ ਨਾ, ਗੱਲ ਕਿਹਾ ਸੀ ਵੀ ਇੱਕ ਬਦਲ ਦਿਓ, ਬੇਈਮਾਨ ਕੀ ਨਾ, ਸ਼ਬਦ ਨਹੀਂ ਬਦਲ ਦਿੱਤਾ ਗਿਆ। ਅਸੀਂ 1430 ਪਾਵਨ ਪਵਿੱਤਰ ਪੰਨਿਆਂ ਦੇ ਦਾਇਰੇ ਦੇ ਵਿੱਚ ਰਹਿ ਕੇ ਸਿੱਖੀ ਦੀ ਗੱਲ ਕਰਾਂਗੇ, ਅਸੀਂ ਚਿੱਟੀ ਸਿਉਂਕ ਦੀ ਗੱਲ ਨਹੀਂ ਕਰਾਂਗੇ, ਅਸੀਂ ਠੱਗਣ ਵਾਲਿਆਂ ਦੀ ਗੱਲ ਨਹੀਂ ਕਰਾਂਗੇ, ਅਸੀਂ ਵਿਖਾਵੇ ਵਾਲਿਆਂ ਦੀ ਗੱਲ ਨਹੀਂ ਕਰਾਂਗੇ, ਅਸੀਂ ਭਰਮਾਉਣ ਵਾਲਿਆਂ ਦੀ ਗੱਲ ਨਹੀਂ ਕਰਾਂਗੇ। ਅਤੇ ਮੈਨੂੰ ਉਮੀਦ ਹੈ ਕਿ ਭਾਈ ਅੰਮ੍ਰਿਤਪਾਲ ਨੂੰ ਵੀ ਕੋਈ ਸਵਾਲ ਕਰੂਗਾ ਤਾਂ ਉਹ ਇਹੋ ਜਿਹੀ ਗੱਲ ਕਰੂ, ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਕਰਾਮਾਤ ਨਹੀਂ ਦਿਖਾ ਸਕਦੇ ਸੀ? ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਕੈਦ ਨੇ ਕਰਾਮਾਤ ਨਹੀਂ ਦਿਖਾ ਸਕਦੇ ਸੀ? ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਮਣੇ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਅਤੇ ਫਿਰ ਉਹ ਗੁਰੂ ਦੇ ਸਾਹਮਣੇ ਸਿਦਕ ਪਰਖੀ ਗਈ, ਉਹ ਕਰਾਮਾਤ ਨਹੀਂ ਦਿਖਾ ਸਕਦੇ ਸੀ? ਆਪ ਵੀ ਸ਼ਹਾਦਤ ਦਾ ਜਾਮ ਪੀ ਲਿਆ। ਕਰਾਮਾਤ ਸਿੱਖੀ 'ਚ ਨਹੀਂ ਹੈਗੀ, ਸਿੱਖੀ 'ਚ ਤਰਕ ਹੈ, ਅਤੇ ਸਭ ਤੋਂ ਬੜਾ ਦੁਨੀਆਂ ਦਾ ਜਿਹੜਾ ਤਰਕਸ਼ੀਲ ਹੈ ਅਤੇ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ, ਤਰਕ ਨਾਲ ਗੱਲ ਕੀਤੀ ਉਹਨੇ ਹਰ ਥਾਂ ਦੇ ਉੱਤੇ, ਤਰਕ ਨੇ ਕੀਤੀ ਨਾ ਜਦੋਂ ਉਹ ਗਿਆਨ ਗੋਦਰੀ ਗੋਦਰਾ ਸਾਹਿਬ ਆ ਜੀ ਢਾ ਦਿੱਤਾ ਉਹਨਾਂ ਨੇ ਵੀ ਭਾਈ ਤੁਸੀਂ ਸੂਰਜ ਨੂੰ ਪਾਣੀ ਦੇ ਰਹੇ ਹੋ, ਉਹ ਕਹਿੰਦੇ ਵੀ ਅਸੀਂ ਤਾਂ ਧਰਤੀ ਨੂੰ ਪਾਣੀ ਦੇ ਰਹੇ ਹਾਂ, ਕਹਿੰਦਾ ਹੈ ਧਰਤੀ ਨੂੰ ਕਿਉਂ, ਕਹਿੰਦਾ ਸੂਰਜ ਤੱਕ ਪਹੁੰਚ ਸਕਦਾ, ਧਰਤੀ ਤੋਂ ਧਰਤੀ 'ਤੇ ਨਹੀਂ ਪਹੁੰਚ ਸਕਦਾ, ਤਰਕ ਸੀ ਨਾ ਇਹ? ਬਿਲਕੁਲ, ਕਰਾਮਾਤ ਨਹੀਂ ਹੈਗੀ ਸਿੱਖੀ। ਭਾਈ ਅੰਮ੍ਰਿਤਪਾਲ ਜੀ ਨੇ ਜੋ ਵਿਸ਼ਾ ਸ਼ੁਰੂ ਕੀਤਾ ਬਹੁਤ ਸੰਜੀਦਾ ਹੈ, ਬੜਾ ਨਾਜੁਕ ਹੈ, ਉਹ ਆਪਣੇ ਥਾਂ ਦੇ ਉੱਤੇ ਅਜੇ ਵੀ ਕਹਿੰਦੇ ਅਸੀਂ ਖੜ੍ਹੇ ਹਾਂ, ਪਰ ਇਹਦਾ ਕੀ ਰਿਜ਼ਲਟ ਨਿਕਲਦਾ, ਕੀ ਸਰਕਾਰ ਉਸਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਡੱਕ ਕੇ ਦੂਜਾ ਸੰਤ ਜਰਨੈਲ ਸਿੰਘ ਬਣਾਉਣ ਦੀ ਕੋਸ਼ਿਸ਼ ਕਰਦੀ ਹੈ? ਇਹ ਸਰਕਾਰ ਦੇ ਹੱਥ ਵਿੱਚ ਹੈ, ਉਹ ਤਾਂ ਚਾਹੁੰਦਾ ਕਿ ਮੈਨੂੰ ਗ੍ਰਿਫਤਾਰ ਕਰੋ, ਉਹ ਤਾਂ ਕਹਿੰਦਾ ਮੇਰੇ 'ਤੇ ਮੁਕੱਦਮਾ ਦਰਜ ਕਰੋ। ਲੋਕਾਂ ਦੇ ਵਿੱਚ ਫਿਰ ਉਸੇ ਤਰ੍ਹਾਂ ਦੀ ਲਹਿਰ ਇੱਕ ਪੈਦਾ ਹੋਊਗੀ ਜਿਵੇਂ ਪਹਿਲਾਂ ਹੀ ਹੈ। ਇਹਨਾਂ ਕਾਲਰ ਨੇ 30 ਸੈਕਿੰਡ ਦਾ ਸਵਾਲ ਹੋਊਗਾ ਜੀ, ਵੱਧ ਨਹੀਂ ਗੱਲ ਕਰਨ ਦਿੱਤੀ ਜਾਊਗੀ। ਵੈਲਕਮ ਜੀ। ਹਾਂਜੀ ਚਾਵਲਾ ਸਾਹਿਬ, ਸਵਾਲ ਇਹ ਹੈ ਵੀ ਕ੍ਰਿਸਚਨਸ ਨਾਲ ਤਾਂ ਕੋਈ ਮਸਲਾ ਨਹੀਂ ਹੈਗਾ, ਮਸਲਾ ਤਾਂ ਇਹ ਹੈ ਵੀ ਜਿਹੜੇ ਪਿੰਡਾਂ ਦੇ ਪਿੰਡ ਈਸਾਈ ਬਣਾ ਰਹੇ ਨੇ ਪਖੰਡ ਕਰਕੇ, ਇਹਦੇ ਬਾਰੇ ਪੱਟੀ ਸਾਹਿਬ ਕੀ ਵਿਚਾਰ? ਕਰਾਮਾਤ ਦੇਖੋ, ਤੁਸੀਂ ਆਹ ਲਫ਼ਜ਼ ਨੂੰ ਸੁਧਾਰੋ, ਕਰਾਮਾਤ ਖਾਵਾ, ਕਰਾਮਾਤ ਕਹਿ ਕੇ ਵੀ ਕਰਾਮਾਤ ਕਰਕੇ ਕਰ ਰਹੇ ਨੇ, ਮਤਲਬ ਮਸਲਾ ਆਹ ਤੁਸੀਂ ਕਰ ਲਓ, ਠੀਕ ਹੈ ਜੀ, ਆਮ ਸੋਰੀ। ਹਾਂਜੀ, ਜਿਹੜੀ ਤੁਸੀਂ ਈਸਾਈ ਬਣਾਉਣ ਦੀ ਗੱਲ ਕੀਤੀ ਹੈ ਜੀ,
ਜਦੋਂ ਕੋਈ ਅੰਗਰੇਜ਼ ਸਿੱਖ ਸੱਜ ਕੇ ਸਾਡੇ ਆਉਂਦਾ ਕਦੀ ਉਦੋਂ ਕਿਸੇ ਨੇ ਇਤਰਾਜ਼ ਕੀਤਾ? ਜਦੋਂ ਦੀ ਸਾਡੀ ਬਕਾਇਦਾ ਤੌਰ ਤੇ ਟੀਵੀ ਦੇ ਉੱਤੇ ਸ਼ੁਰੂ ਕੀਤਾ ਸੀ ਕੀਰਤਨ ਦਰਬਾਰ ਪੀਟੀਸੀ ਦੇ ਉੱਤੇ, ਬਹੁਤ ਸਾਰੇ ਈਸਾਈ ਵੀ ਸਿੱਖ ਸੱਜੇ ਨੇ ਜਿਹੜੇ ਬਕਾਇਦਾ ਦਸਤਾਰਾ ਸਜਾ ਕੇ ਇੱਥੇ ਨੇ। ਜਿਹੜੇ ਚੇਲੇ ਨੇ ਜੋਗੀ ਸਾਹਿਬ ਦੇ ਉਹ ਕੌਣ ਨੇ? ਈਸਾਈ ਨੇ ਨਾ, ਸਿੱਖ ਸੱਜੇ ਨੇ, ਕੀਰਤਨ ਕਰਦੇ ਨੇ, ਪਾਠ ਕਰਦੇ ਨੇ। ਗੱਲ ਇਹ ਨੀ, ਗੱਲ ਸਿਰਫ ਇਹ ਹੈਗੀ ਆ ਵੀ ਜਿਹੜੇ ਲੋਕ ਈਸਾਈ ਸੱਜਦੇ ਉਹ ਕਿਉਂ ਸੱਜਦੇ? ਪੜਚੋਲ ਦਾ ਵਿਸ਼ਾ ਇਹ ਆ ਬਸ, ਅਸੀਂ ਪੜਚੋਲ ਨੀ ਕਰਨੀ, ਅਸੀਂ ਪੜਚੋਲ ਨੀ ਕਰਨੀ। ਉਧਰ ਫਿਰ ਇਹੀ ਗੱਲ, ਇਹੀ ਗੱਲਾਂ ਸੁਣਾਈਆਂ ਸੀ ਨਾ ਉਦਣ ਵੀ ਸਾਡੇ ਬੱਚੇ ਆ ਕੇ ਕੀ ਕੰਮ ਕਰਦੇ ਆ, ਹਨਾ, ਇਹੀ ਗੱਲਾਂ ਸੁਣਾਈਆਂ ਸੀ ਨਾ ਉਹ ਜਿੱਦਣ ਆ ਗਏ ਸੀ ਇੱਕ ਸਾਹਿਬ ਜੀ ਪਿਛਲੇ ਸ਼ੁੱਕਰਵਾਰ। ਉਹ ਕਿਉਂ ਅੱਗਾਂ ਲੱਗੀਆਂ ਸੀ, ਅੱਗ ਕਿਉਂ ਲੱਗੀ ਸੀ ਉਦਣ? ਚਾਵਲਾ ਸਾਹਿਬ ਜਿਹੜਾ ਸਿੱਖੀ ਚ ਪਰਪੱਕ ਨੀ ਨਾ, ਜਾਂਦਾ ਤਾਂ ਜਾਵੇ, ਬਿਲਕੁਲ ਕੱਲ ਜਾਂਦਾ, ਅੱਜ ਜਾਵੇ, ਅੱਜ ਜਾਂਦਾ ਹੁਣੇ ਜਾਵੇ। ਸਿੱਖੀ ਇੱਕ ਜੀਵਨ ਜਾਚ ਆ, ਨਵੇਕਲਾ ਦਾ ਇਤਿਹਾਸ ਆ। ਅੱਜ ਤੱਕ ਵੇਖੋ ਕਿਸੇ ਵੀ ਗ੍ਰੰਥ ਨੂੰ ਗੁਰੂ ਦਾ ਦਰਜਾ ਨੀ ਮਿਲਿਆ ਸਿਵਾਏ ਸ੍ਰੀ ਗੁਰੂ ਗ੍ਰੰਥ ਸਾਹਿਬ। ਕਿਸੇ ਵੀ ਗ੍ਰੰਥ ਦੇ ਵਿੱਚ ਹੋਰ ਕਿਤੇ ਵੀ ਆਪਣੇ ਧਨ ਤੋਂ ਬਾਅਦ ਕਿਸੇ ਭਗਤ ਦੀ, ਕਿਸੇ ਹੋਰ ਪੀਰ ਭਗਵਤ ਦੀ ਬਾਣੀ ਨੀ ਹੈਗੀ। ਇਹ ਗ੍ਰੰਥ ਜਿੱਥੇ ਅਲਾਈ ਬਾਣੀ ਦਰਜ, ਭਾਵੇਂ ਕਿਸੇ ਵੀ ਭਗਤ ਦੀ, ਕਿਸੇ ਵੀ ਫਿਰਕੇ ਦੇ ਲਿਖਦੇ, ਉੱਥੇ ਇਹ ਵਿਤਕਰਾ ਨੀ ਕੀਤਾ ਗੁਰੂ ਸਾਹਿਬ ਨੇ, ਇਹ ਸਿਖਾਇਆ ਸਭ ਨੂੰ। ਇਸ ਕਰਕੇ ਅਸੀਂ ਇਹ ਗੱਲਾਂ ਲਈਏ, ਅਸੀਂ ਕਹਿੰਦੇ ਵੀ ਪੜਚੋਲ ਕਰੀਏ ਵੀ ਉਹ ਕਿਉਂ ਬਣ ਰਹੇ ਨੇ ਈਸਾਈ, ਟੱਕੇ ਸਹੀ ਨਾ ਕਰੀਏ ਅਸੀਂ। ਜੇ ਭਾਰਤੀ ਸੰਵਿਧਾਨ ਦੀ ਗੱਲ ਕਰੋ, ਧਰਮ ਇੱਕ ਆਜ਼ਾਦ ਆ, ਲੋਕ ਭਾਵਨਾ ਨਾਲ ਜੁੜਦੇ ਨੇ ਧਰਮ ਦੇ ਨਾਲ। ਤੁਹਾਡੀਆਂ ਭਾਵਨਾ ਸਮਝਾ ਸਕਦੇ ਧਰਮ ਦੀ, ਆਪਣੇ ਆਪਣੇ ਧਰਮ ਬਾਰੇ ਕੁਛ? ਬਸ ਬਸ ਬਸ, ਪਟੇ ਸਾਹਿਬ ਬੜੀ ਤਗੜੀ ਗੱਲ ਕਰਦੀ ਆਪਣੇ ਕਾਲਰ ਨੇ ਦੋ। ਮਤਲਬ ਇੱਕ ਪਾਸੇ ਗੁਰੂ ਬੈਠਾ ਵਾ, ਇੱਕ ਪਾਸੇ ਸਿੱਖ ਬੈਠੇ ਨੇ। ਉਹ ਕਹਿੰਦੇ ਕਿ ਪਹਿਲਾਂ ਮੇਰੇ ਸਿੱਖਾਂ ਨੂੰ ਮਨਾ ਲਓ, ਮੇਰੇ ਜਿਹੜੇ ਚੇਲੇ ਨੇ ਉਹਨਾਂ ਨੂੰ ਮਨਾ ਲਓ, ਮੈਂ ਤਾਂ ਆਪੇ ਧਰਮ ਤਬਦੀਲ ਕਰਾਂ। ਮੈਂ ਤੁਹਾਨੂੰ ਹੋਰ ਸਪਸ਼ਟ ਕਰਦਾ ਥੋੜਾ ਜੀ, ਦੋ ਬਿਸ਼ਪ ਜਾ ਕੇ ਜਥੇਦਾਰ ਅਕਾਲ ਤਖ਼ਤ ਨੂੰ ਮਿਲੇ, ਇਹਨਾਂ ਦੇ ਬਿਸ਼ਪ ਨੂੰ ਧਰਮ ਗੁਰੂ ਹੁੰਦੇ ਆ। ਉਹ ਕਹਿੰਦੇ ਜਥੇਦਾਰ ਸਾਨੂੰ ਵਿਖਾਓ ਵੀ ਕਿਹੜਾ ਬੰਦਾ ਅਸੀਂ ਤੁਹਾਡਾ ਕਨਵਰਟ ਕੀਤਾ, ਇੱਕ ਵਿਖਾਓ ਸਾਨੂੰ ਤੁਸੀਂ, ਰੱਖੋ ਕਿਹੜਾ ਸਬੂਤ ਕਿੰਨੇ ਕੋਲ? ਹਾਂ, ਇੱਕ ਸਾਡਾ ਅੰਮ੍ਰਿਤਧਾਰੀ ਸਿੰਘ, ਮੈਂ ਪੂਰਾ ਨਾਂ ਹੀ ਲੈਣਾ ਉਹਦਾ ਇਸ ਵੇਲੇ, ਉਹ ਬਕਾਇਦਾ ਤੌਰ ਤੇ ਸਾਈ ਬਣਿਆ, ਉਹਨੇ ਪੜ੍ਹਾਈ ਕੀਤੀ, ਪਾਦਰੀ ਬਣ ਕੇ ਜਾ ਕੇ ਉੱਥੇ ਉਹਨੂੰ ਸਮਾਂ ਆਇਆ, ਉਹਨੂੰ ਵਾਪਸ ਆਉਣਾ ਪਿਆ, ਸਿੰਘ ਸੱਜਣਾ ਪਿਆ। ਜੇ ਉਹਦੀ ਕਹਾਣੀ ਕਿੱਥੇ ਪਛੇੜਾਂਗੇ ਨਾ ਕਿਤੇ, ਤੇ ਫਿਰ 10 ਮਿੰਟ ਲੱਗਣੇ ਆ ਕਿਤੇ, ਚਲੋ ਅਗਲੀ ਕਾਲ ਲੈ ਲੈਣੇ ਜੀ। ਹੈਲੋ, ਤੁਹਾਡੇ ਸਾਹਮਣੇ ਹੈਲੋ ਚਾਵਲਾ ਬਾਈ, ਸਤਿ ਸ੍ਰੀ ਅਕਾਲ ਪਤੀ ਸਾਹਿਬ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਪਤੀ ਸਾਹਿਬ। ਜਿਹੜੇ ਜਿਹੜੇ ਆਪਾਂ ਇਹ ਮਸਲੇ ਤੇ ਗੱਲ ਕਰ ਰਹੇ ਹਾਂ, ਮੈਨੂੰ ਤਾਂ ਜਿਹੜੀ ਮੇਰੀ ਆਪਣੀ ਫੀਲਿੰਗ ਇਹ ਕਹਿੰਦੀ ਆ ਵੀ ਸ਼ਾਇਦ ਸਾਡੇ ਜਿਹੜੇ ਦੋ ਕਾਲ ਜਥੇਦਾਰ ਲਾ ਲਓ ਜਾਂ ਕਿਤੇ ਵੀ ਗੁਰਦੁਆਰਿਆਂ ਚ ਪ੍ਰਧਾਨ ਵੀ ਲਾ ਲਓ, ਉਹ ਵਿਚਾਰੇ ਗਰੀਬੀ ਤਬਕੇ ਨੂੰ ਤਾਂ ਲਾ ਕੇ ਖੰਗਣ ਨੀ ਦਿੰਦੇ, ਉਹ ਇਲਾਜ ਦੁੱਖੋਂ ਦੂਜੀਆਂ ਚੀਜ਼ਾਂ। ਹੁਣ ਆਪਣੇ ਗੁਰੂ ਤੇਗ ਬਹਾਦਰ ਹੋਸਪਿਟਲ ਆ, ਗੁਰੂ ਰਾਮਦਾਸ ਹੋਸਪਿਟਲ ਆ, ਉਹਨਾਂ ਦੀ ਕਿਸ ਤਰ੍ਹਾਂ ਦਾ ਇਲਾਜ ਹੋ ਰਿਹਾ? ਤੁਸੀਂ ਵੀ ਉੱਥੇ ਹੈਗੇ ਹੀ ਹੋ, ਤੁਹਾਨੂੰ ਪਤਾ ਹੀ ਆ ਕਿ ਕੋਈ ਬੈੱਡ ਨੀ, ਕੋਈ ਸਵਾਦ ਨਾ, ਕੁਛ ਨੀ, ਤੇ ਆਪਣੇ ਢਿੱਡ ਵਧਾਈ ਜਾਂਦੇ ਆ ਸੋਖਲਾ ਸ਼੍ਰੋਮਣੀ ਕਮੇਟੀ ਵਾਲੇ। ਬਿਲਕੁਲ ਸਹੀ ਗੱਲ ਕਹੀ ਤੁਸੀਂ, ਬਿਲਕੁਲ ਸਹੀ ਗੱਲ ਕਹੀ ਕਮਲ ਜੀ। ਆਪਾਂ ਅਗਲੀ ਕਾਲ ਵੀ ਲੈ ਲਈਏ, ਇੱਥੇ ਟਿੱਪਣੀ ਕਰਨ ਲੱਗ ਪਏ, ਆਪਣੇ ਸਮਾਂ ਹੈ ਨਹੀਂ ਆ, 30 ਸੈਕਿੰਡ ਨੇ। ਹੈਲੋ ਪੱਟੀ ਸਾਹਿਬ, ਮੇਰੇ ਘਰ ਦੇ ਮੋਗੇ ਦੇ ਚਾਰੇ ਪਾਸੇ ਈਸਾਈ ਹੈ, ਉਹਨਾਂ ਵਿਚਾਰਿਆਂ ਨੇ ਸਾਰੀ ਜ਼ਮੀਨ ਜਿਹੜੀ ਹੈ ਨਾ ਰੋਕ ਲਈ ਆ, ਔਰ ਉੱਥੇ ਬੋਰਡਿੰਗ ਹਾਲ ਸੀਗਾ, ਕੇਰ ਸਿੰਘ ਸੀਗਾ, ਉਹ ਪੱਗ ਨੀ ਸੀ ਬੰਦਾ ਹੈ ਤਾਂ, ਉਹ ਕ੍ਰਿਸ਼ਨ ਸੀਗਾ, ਉਹਦੇ ਵਿੱਚ ਤਿੰਨ ਸਿੱਖ ਵੀ ਸੀਗੇ, ਉਸੇ ਬੋਰਡਿੰਗ ਹਾਲ ਚ ਰਹਿੰਦੇ, ਤਿੰਨਾਂ ਦੇ ਜੂੜੇ ਕੀਤੇ ਹੁੰਦੇ ਸੀ, ਰੋਜ਼ ਪੀਟੀ ਕਰਨ ਨਿਕਲਦੇ ਹੁੰਦੇ, ਇਹ ਕਿਸੇ ਨੂੰ ਜ਼ਬਰਦਸਤੀ ਨਹੀਂ ਬਣਾਉਂਦੇ, ਮੈਂ ਤਾਂ ਨੀ ਦੇਖਿਆ ਮੋਗੇ ਕਿਸੇ ਨੇ ਇਹਨਾਂ ਨੂੰ ਜ਼ਬਰਦਸਤੀ ਬਣਾਇਆ। ਮੇਰੇ ਘਰ ਦੇ ਤਾਂ ਚਾਰੇ ਪਾਸੇ ਈਸਾਈ ਸੀ, ਬੜੇ ਚੰਗੇ ਬੰਦੇ ਸੀ, ਉਹ ਸਾਰੇ ਮਜ਼੍ਹਬੀ ਸਿੱਖਾਂ ਤੋਂ ਬਣੇ ਹੋਏ ਆ ਵਿਚਾਰੇ ਆ, ਇਹ ਸ਼੍ਰੋਮਣੀ ਕਮੇਟੀ ਕਿਉਂ ਨੀ ਉਹਨਾਂ ਨੂੰ ਮਦਦ ਕਰਦੀ? ਅੰਗਰੇਜ਼ ਜਾਣ ਤੋਂ ਬਾਅਦ ਮੇਰੇ ਸਾਹਮਣੇ ਬੜਾ ਸਮਾਨ ਆਉਂਦਾ ਰਿਹਾ ਇੰਗਲੈਂਡ ਤੋਂ ਇਹਨਾਂ ਬਾਅਦ। ਤੁਸੀਂ ਮਜ਼੍ਹਬੀ ਸਿੱਖਾਂ ਦੀ ਗੱਲ ਕਰਦੇ ਹੋ ਤੇ ਮੈਂ ਜੱਟ ਸਿੱਖਾਂ ਦੀ ਗੱਲ ਕਰਦਾ, ਮੈਂ ਤੇ ਜੱਟਾਂ ਨੂੰ ਵੀ ਜਾਣਦਾ,
जट भी हो ना ज्यादा गरीब हो जट गरीब नहीं होंगे जट गरीब नहीं होंगे गल जी मैं कह रहा नहीं 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 एक मिनट जट गरीब नहीं होंगे जट भी होंगे जरूर जट भी गरीब होंगे जट भी शहर जाके काम करता जी पिंड दिहाड़ी नहीं करता बाहर जाके करता जट का मतलब की है एक जिमीदार साहब जटा के सिर ते भी रखी गई टोकरियां मजदूरी कर रहे हैं जिन्हें जायदाद वेगियां मेरे सामने सब कुछ होया गया बस चलो ठीक मेहरबानी हां जी चावला साहब जो जर्मन का डॉक्टर इतने आया जी जी पीएसबी ओदे कोल शिकायत एसडीपीसी ने की थी पखंडबाजी करके जो सफाई बोले तो गलत जे कोई भावना का बंदा सानू कोई इतराज नहीं पर मैं फिर भी गल कही जेड़ा बंदा सिर्फ इस करके सिक्की छड़ रहा जी मैनू तो इतने कुछ मिलनी जा खाण उठे रोटी मिलनी खा लू ठीक है जावे अज नहीं कल जाए कल नहीं तो अज जाए अज नहीं तो हमने जाए हमने नहीं तो एक चिन्ह लावे तुसी जोगी हुणां दी गल कीती साडे ते देखो खन्नी खन्नी दे खन्नी खन्नी रोटी दी बीबियां ने गुजारा कीता अंग्रेजी दे तोपा दे अगे फिट नहीं सी बैठदा फट्टी रख दी थले इटा चार रख लिया खास खां दे चौंक दे विच दिल्ली दे विच दिल्ली दे विच लाल किले तो अगे पासे ते जिहड़ा तुहाडा शहीदी दायरा सारा उत्थे मावा दे पुत बाबा बंदा सिंह बहादुर दे वेले ते उस वक्त मां कहिंदी भी असी सिख ही नहीं ते मां नूं कहिंदा परां हट जाके कहिंदा मैं सिख आ मारो मैं शहीद होना मतलब ओ बच्चा आ किन्नी उम्र सीगी उहदी कद तों वी छोटा सी उम्र वेखो किन्नी है गल ते आपां करनी आ सिखी दी के सिखी की आ सिखी मतलब आई डोंट नो इहदी परख की हो रही है ये एक कठाले च पई हुई है ये शुद्ध 24 कैरेट कदों होनी है पता कोई नहीं पर इहदे विच बहुरूपीए बहुत ज़्यादा बहुरूपीए ने ते साडियां वड्डियां वड्डियां अहुदियां ते बैठे हुए ने वड्डियां वड्डियां अहुदियां दे उत्ते बैठे समा पट्टी साहब समाप्त है तुहाडी तो सवेर ते छड़ी शाम सी कल इक ने सवाल कीता सी अज श्रोमणी अकाली दल सिख मुंडे नूं लैके तुर पिया वा इहदा पेखी घूर मैं कि इह पखंड आ नारे लाने वाले जिन्होंने प्रोग्राम चंगा लगता जो कोई गल करो क्या बात चावला जी बड़ी तगड़ी गल कर दे पर जो कहते नारे लाने वाले तो बचो आ झूठे ਤੁਹਾਡੇ ਤੁਹਾਨੂੰ ਬਾਲਣ ਬਣਾ ਕੇ ਵਰਤਣ ਵਾਲਿਆਂ ਤੋਂ ਬਚੋ ਉਦੋਂ ਉਹਨਾਂ ਨੂੰ ਵੀ ਚੰਗਾ ਨਹੀਂ ਲੱਗਦਾ ਇੱਥੋਂ ਵਾਲਿਆਂ ਨੂੰ ਤਾਂ ਉੱਥੋਂ ਵਾਲਿਆਂ ਨੂੰ ਸੱਚਾਈ ਹੈ ਸਾਡੇ 'ਚ ਤਾਂ ਭੇਖੀ ਬਹੁਤ ਜ਼ਿਆਦਾ ਕੱਲ੍ਹ ਤੁਸੀਂ ਕੀਤੀ ਸੀ ਜੋਗੀ ਸਿੰਘ ਜੋਗੀ ਭਾਈ ਜੋਗੀ ਹੋਣਾਂ ਦੀ ਹੈ ਨਾ ਜੀ ਹਰਭਜਨ ਸਿੰਘ ਜੋਗੀ ਹੋਣਾਂ ਦੀ ਪਰ ਪੱਟੀ ਸਾਹਿਬ ਗੱਲ ਤਾਂ ਆਪਾਂ ਕਰ ਲਈ ਆਪਾਂ ਪਹਿਲਾਂ ਵੀ ਉਹ ਗੱਲ ਕਰ ਲਈ ਹੁਣ ਹਰਭਜਨ ਸਿੰਘ ਜੋਗੀ ਉਹਨਾਂ ਨੂੰ ਕਿਸੇ ਬੰਦੇ ਨੇ ਚੈਲੰਜ ਕੀਤਾ ਹੋਵੇ ਭਾਈ ਤੂੰ ਲਾਲਚ ਦੇ ਰਿਹਾ ਇਹਨਾਂ ਨੂੰ ਤਾਂ ਚੈਲੰਜ ਹੁੰਦਾ ਨਾ ਇਹਨਾਂ ਦੇ ਉੱਤੇ ਅਕਾਊਂਟ ਵੇਖ ਲਓ ਅੱਗੇ ਅਗਲਿਆਂ ਦੇ ਕੱਢ ਕੇ ਵੀ ਰੱਖੇ ਠੀਕਰਾ ਜਾਂ ਭੰਨ ਵੀ ਦਿੱਤਾ ਸੀ ਕਿਸੇ ਨੇ ਇੱਕ ਵਾਰੀ ਅਖਬਾਰ ਦੇ ਵਿੱਚ ਉੱਤੇ ਲੱਭਦੇ ਨਹੀਂ ਭਾਈ ਹਰਭਜਨ ਸਿੰਘ ਜੋਗੀ ਉਹਨਾਂ ਨੇ ਕੋਈ ਲਾਲਚ ਨਹੀਂ ਦਿੱਤਾ ਨਾ ਉਹ ਕਥਾ ਕੀਰਤਨ ਅਤੇ ਜੋ ਸਿੱਖੀ ਪਰੰਪਰਾਵਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਦੇ ਸੀ ਅਤੇ ਉਹ ਅਗਲੇ ਸੋਚਦੇ ਸੀ ਅਤੇ ਗੱਲ ਤਾਂ ਹੈ ਨਾ ਗੱਲ ਤਾਂ ਰਜਨੀਸ਼ ਉਹਨਾਂ ਨੇ ਵੀ ਤਾਂ ਆ ਕੇ ਇਸ ਧਰਤੀ ਦੇ ਉੱਤੇ ਬੰਦਾ ਇੱਕ ਰੋਲ ਰਸ ਲੈਣੀ ਬੜੀ ਔਖੀ ਆ ਉਹਦੇ ਕੋਲ ਤਾਂ ਲਾਈਨਾਂ ਲੱਗੀਆਂ ਅਤੇ ਉਹਨੇ ਵੀ ਤਾਂ ਲੋਕਾਂ ਨੂੰ ਆਪਣੇ ਤਰੀਕੇ ਦੇ ਨਾਲ ਆਪਣੇ ਗਿਆਨ ਦੇ ਨਾਲ ਪ੍ਰਭਾਵਿਤ ਕੀਤਾ ਅਤੇ ਜੇ ਸਰਦਾਰ ਹਰਭਜਨ ਸਿੰਘ ਜੋਗੀ ਉਹਨਾਂ ਨੇ ਸਿੱਖੀ ਪਰੰਪਰਾਵਾਂ ਇੰਗਲਿਸ਼ ਦੇ ਵਿੱਚ 1430 ਪਾਵਨ ਪਵਿੱਤਰ ਪੰਨਿਆਂ ਨੂੰ ਉਲੱਥਾ ਕਰਕੇ ਉਹਨਾਂ ਨੇ ਸਮਝਾ ਦਿੱਤਾ ਸਮਝ ਲਿਆ ਉਹਨੇ ਕੋਈ ਲਾਲਚ ਉਹਦੇ 'ਤੇ ਕੋਈ ਐਲੀਗੇਸ਼ਨ ਦੇ ਨਾਲ ਲਾਲਚ ਲੈਂਦਾ ਬਿਲਕੁਲ ਅਜੇ ਤੱਕ ਇਹ ਦੱਸੋ ਕਿ ਲਾਲਚ ਕੋ ਵਾਦ ਵਾਦ ਨਹੀਂ ਨਾ ਬਣਿਆ ਫਿਰ ਅਸੀਂ ਮੈਂ ਵੀ ਕਹਿੰਦਾ ਹੁੰਦਾ ਕਿ ਜਦੋਂ ਸਾਡੇ ਪਿੰਡੋਂ ਕੋਈ ਮੁੰਡਾ ਆ ਜਾਏ
ਪਿੰਡ ਦੇ ਵਿੱਚ ਵਿਆਹ ਕੇ ਗੋਰੀ ਤੇ ਸਾਰਾ ਪਿੰਡ ਲੰਬ ਟੁਕਿਆ ਹੁੰਦਾ ਵਾ, ਪੁਲਾਣੇ ਦਾ ਮੁੰਡਾ ਗੋਰੀ ਵਿਆਹ ਲਿਆ, ਓਏ ਚਲੋ ਚਲੀਏ ਵੇਖਣ, ਹੈ ਆਨੇ ਬਾਨੇ ਸ਼ਗਨ ਪਾਉਣ ਜਾਂਦੇ ਗੋਰੀ ਵੇਖਣ ਵਾਸਤੇ। ਤੇ ਜੇ ਉਸੇ ਘਰ ਦੀ ਕੁੜੀ ਗੋਰਾ ਵਿਆਹ ਕੇ ਜਾਂ ਕਾਲਾ ਵਿਆਹ ਕੇ ਲੈ ਜਾਏ ਤੇ ਲਾਣਤਾ ਇਹੋ ਜਿਹੀ ਧੀ ਦੇ ਹੈ, ਉਦੋਂ ਸਾਡੀਆਂ ਬਾਹਾਂ ਕੁਝ ਹੋਰ ਤੇ ਮੁੱਛਾਂ ਕੁਝ ਹੋਰ। ਇਹ ਸਾਡੀ ਸੋਚ, ਗੱਲ ਕੀਤੀ ਹੈ ਕੈਪਟਨ ਸਾਹਿਬ ਨੇ, ਮੈਂ ਗੱਲ ਮੈਂ ਹਰ ਵਾਰੀ ਕਰਨਾ ਨਾ ਵੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਸ ਵਕਤ ਮਹਿਜ਼ ਛੋਟੀ ਉਮਰ ਦੇ ਨੇ, ਗੁਰੂ ਗੋਬਿੰਦ ਰਾਏ ਨੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕੌਣ ਲੈ ਕੇ ਆਇਆ ਸੀ? ਭਾਈ ਰੰਗਰੇਟਾ, ਗੁਰੂ ਕਾ ਬੇਟਾ ਕੌਣ ਆ? ਉਹ ਮਜ਼ਬੀ ਸਿੰਘ ਸੀ। ਜੋ ਗੱਲ ਜ਼ਿਕਰ ਕੀਤਾ, ਮੈਂ ਜਾਤਾਂ ਪਾਤਾਂ 'ਚ ਨਹੀਂ ਵਿਸ਼ਵਾਸ ਰੱਖਦਾ, ਪਰ ਇਤਿਹਾਸ ਨੇ, ਲਿਖਣ ਵਾਲਿਆਂ ਨੇ ਲਿਖਿਆ, ਉਹ ਯਾਰ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਉਸ ਨੂੰ ਆਪਣੇ ਛਾਤੀ ਦੇ ਨਾਲ ਲਾ ਕੇ ਰੰਗਰੇਟਾ ਗੁਰੂ ਕਾ ਬੇਟਾ ਕਹਿ ਦਿੱਤਾ। ਤੇ ਲਾਣ ਤਾਂ ਫਿਰ ਸਾਡੀ ਸੋਚ ਦੇ, ਜੇ ਅਜੇ ਵੀ ਅਸੀਂ ਸਿੱਖੀ ਦੇ ਵਿੱਚ ਉਸ ਜਾਤ ਪਾਤ ਦੇ ਕੋਰ ਨੂੰ ਆਪਣੇ ਨਾਲ ਮੁੱਛਾਂ ਨੂੰ ਵਾਟ ਦੇ ਕੇ ਲੈ ਕੇ ਬੈਠੇ ਹਾਂ, ਦੁਰ ਲਾਣ ਤਾਂ ਫਿਰ ਸਾਡੀ ਸੋਚ ਦੇ। ਫਿਰ ਅਸੀਂ 1430 ਪਾਵਨ ਪਵਿੱਤਰ ਪੰਨਿਆਂ ਦੇ ਸਿੱਖ ਨਹੀਂ ਹਾਂ, ਅਸੀਂ ਗੁਰੂ ਨਾਨਕ ਦੇ ਸਿੱਖ ਨਹੀਂ ਹਾਂ, ਗੁਰੂ ਗੋਬਿੰਦ ਸਿੰਘ ਕਲਗੀਧਰ ਦੇ ਪਿਤਾ ਦੇ ਸਿੱਖ ਨਹੀਂ ਹਾਂ, ਵਿਖਾਵੇ ਦੇ ਸਿੱਖ ਹਾਂ। ਗਿੱਟੇ ਲੱਗੇ ਗੋਡੇ ਲੱਗੇ, ਗੱਲ ਹੈ ਸੱਚੀ। ਜੇ ਅਸੀਂ ਕਹਿੰਦੇ ਹਾਂ ਕਿ ਉਹ ਲਾਲਚ ਦੇ ਵਿੱਚ ਆ ਕੇ, ਤਾਂ ਵੀਰ ਕੁਲਦੀਪ ਆਪਣੇ ਕਮਲ ਹੁਣਾਂ ਨੇ ਗੱਲ ਕੀਤੀ, ਸੱਚੀ ਕੀਤੀ ਆ, ਜੇ ਅਸੀਂ ਉਹਦੀ ਬਾਂਹ ਨਹੀਂ ਫੜਨੀ ਹੈ। ਆ ਦੀਵਾਲੀ 'ਤੇ ਕੱਲ੍ਹ ਨੂੰ ਤੁਸੀਂ ਕਰੋੜਾਂ ਰੁਪਏ ਦੀ ਆਤਿਸ਼ਬਾਜ਼ੀ ਫੂਕ ਦੇਣੀ ਆ, ਅਤੇ ਤੁਹਾਡੀਆਂ ਧੀਆਂ ਦਿੱਲੀ ਤੋਂ ਆਈਆਂ ਹੋਣ, ਵਿਧਵਾ ਹੋਵੇ ਕਲੋਨੀ, ਆ ਕੇ ਉਹ ਮੰਗਾਂ ਵਾਸਤੇ ਤੁਸੀਂ ਉਹਨਾਂ ਨੂੰ ਕਹੋ ਕਿ ਫੱਫੇ ਕੁੱਟਣੀਆਂ ਆ ਗਈਆਂ ਹੈ, ਅਤੇ ਲਾਣਤ ਨਹੀਂ ਸਾਡੀ ਸੋਚਦੇ? ਫਿਰ ਉਹ ਕਹਿਣਗੀਆਂ ਅਸੀਂ ਧਰਮ ਤਬਦੀਲ ਕਰਦੀਆਂ, ਸਾਡੀ ਇਹ ਬਾਂਹ ਫੜਦੇ, ਸਾਡੀ ਇਹ ਮਦਦ ਕਰਦੇ, ਉਹਨਾਂ ਨੂੰ ਕਿਵੇਂ ਰੋਕ ਲਓਗੇ, ਕਿਵੇਂ ਰੋਕਾਂਗੇ ਪੱਟੀ ਸਾਹਿਬ? ਅਸੀਂ ਅੱਜ ਸਾਨੂੰ ਸਿੱਖੀ ਮਸਲੇ ਯਾਦ ਆ ਗਏ, ਅਸੀਂ ਮਤਲਬ ਸਾਡੀ ਕੁਰਸੀ ਦੇ ਭਾਵ ਇਹ ਲੱਗੇ ਆ, ਮਤਲਬ ਸੱਚੀਆਂ ਨੇ ਕੌੜੀਆਂ ਨੇ, ਪਰ ਇਹ ਅਟਲ ਸੱਚਾਈ ਹੈ ਕਿ ਅਸੀਂ ਦੋਗਲੇ ਹਾਂ, ਸਭ ਤੋਂ ਜ਼ਿਆਦਾ ਦੋਗਲੇ ਹਾਂ, ਅਸੀਂ ਇੰਨੇ ਕੁ ਦੋਗਲੇ ਹੋ ਚੁੱਕੇ ਹਾਂ ਕਿ ਸਾਡੇ ਵਿੱਚ ਪਹਿਚਾਣ ਔਖੀ ਆ, ਦੋ ਸਿੱਖ ਆਪਸ ਵਿੱਚ ਗੱਲਾਂ ਨਹੀਂ ਕਰ ਸਕਦੇ, ਸਿੱਖੀ ਦੀ ਗੱਲ ਕਰਨੀ ਹੋਵੇ ਦੋ ਸਿੱਖ ਨਹੀਂ ਕਰ ਸਕਦੇ, ਬਾਕੀ ਤਾਂ ਚਲੋ ਵੱਖਰੀ ਗੱਲ ਆ। ਜਾਤ ਦਾ ਕੋਡ ਜਿਹੜਾ ਅਸੀਂ ਵੱਢ ਲਵਾਂਗੇ ਨਾ, ਅਤੇ ਆਹ ਜਿਹੜੀ ਤੁਸੀਂ ਕਹਿੰਦੇ ਕਿ ਉਹ ਲਾਲਚ ਦੇ ਕੇ ਉਹਦੇ ਚੈਲੇਂਜ ਕਰਦੇ, ਦੱਸੋ ਅਸੀਂ ਕਦੋਂ ਲਾਲਚ ਲਿਆ? ਗੱਲ ਇਸ ਕਰਕੇ ਮੈਂ ਕੀਤੀ ਸੀ ਕਿ ਤੁਹਾਡੇ ਨਾਲ ਮਜ਼ਾ ਆਉਂਦਾ ਗੱਲ ਕਰਨ ਦਾ, ਤੁਸੀਂ ਸਮਝਦੇ ਹੋ, ਤੁਸੀਂ ਪਛਾਣਦੇ ਹੋ, ਤੁਹਾਡੇ ਕੋਲ ਨੌਲੇਜ ਹੈ ਕਿ ਜੇ ਅਸੀਂ ਉਸ ਸਰਦਾਰ ਹਰਭਜਨ ਸਿੰਘ ਜੋਗੀ ਹੁਣਾਂ ਦੀ ਗੱਲ ਕੀਤੀ ਹੈ, ਅਤੇ ਉਸ ਦਰਵੇਸ਼ ਰੂਹ ਨੂੰ ਅਸੀਂ ਕਿਵੇਂ ਕਹਿ ਦਈਏ ਕਿ ਉਹਨੇ ਉਸ ਵੇਲੇ ਤਾਂ ਕੋਈ ਕਿੰਤੂ ਥੋੜ੍ਹੀ ਉੱਠਿਆ ਵੀ ਲਾਲਚ ਦੇ ਰਿਹਾ, ਵੀ ਤੁਹਾਨੂੰ ਹੂਰਾਂ ਦਾ ਲਾਲਚ ਦੇ ਰਿਹਾ, ਜਾਂ ਤੁਹਾਨੂੰ ਧਨ ਦੌਲਤ ਦਾ ਲਾਲਚ ਦੇ ਰਿਹਾ, ਜਾਂ ਤੁਹਾਡੀਆਂ ਧੀਆਂ ਪੁੱਤਾਂ ਦੀ ਸ਼ਾਦੀ ਦਾ ਲਾਲਚ ਦੇ ਰਿਹਾ, ਜਾਂ ਬੱਚਿਆਂ ਦੀ ਐਜੂਕੇਸ਼ਨ ਦਾ ਲਾਲਚ ਦੇ ਰਿਹਾ, ਜਾਂ ਤੁਹਾਡੇ ਕੋਈ ਫਿਜੀਕਲੀ ਕੋਈ ਫਾਈਨੈਂਸ਼ਲੀ ਉਹ ਹੈਲਪ ਕਰ ਰਿਹਾ, ਉਹ ਤਾਂ ਇੱਕ ਪ੍ਰਚਾਰ ਕਰ ਰਿਹਾ ਸੀ, ਅਤੇ ਪ੍ਰਚਾਰ ਜਿਹਨਾਂ ਨੇ ਪ੍ਰਭਾਵਿਤ ਹੋਏ ਪ੍ਰਚਾਰ ਤੋਂ, ਉਹਨਾਂ ਨੇ ਧਰਮ ਆਪਣਾ ਉਹਦਾ ਲੈ ਲਿਆ, ਵੀ ਠੀਕ ਹੈ ਵੀ ਇਹ ਸਿੱਖਿਆਵਾਂ ਸਾਨੂੰ ਚੰਗੀਆਂ ਲੱਗਦੀਆਂ ਨੇ, ਮੈਂ ਗਲਤ ਤਾਂ ਨਹੀਂ ਕਿਹਾ? ਬਿਲਕੁਲ ਠੀਕ ਕਿਹਾ ਜੀ। ਵੇਖੋ ਮਹਾਰਾਣੀ ਜਿਹੜੀ ਸੀ ਬਜਟ ਕਰਕੇ ਆਈ ਸੀ ਦਰਬਾਰ ਸਾਹਿਬ ਮੱਥਾ ਟੇਕਣ ਜੀ, ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਇਹਦੇ ਬਾਰੇ, ਲੰਮੀ ਚੋੜੀ ਗੱਲ ਕਰ ਚੁੱਕੇ ਹਾਂ ਇਸ ਚੈਨਲ ਦੇ ਉੱਤੇ। ਕਿਉਂ ਆਈ ਸੀਗੀ? ਉਹਨੇ ਵੀ ਪਰਚਿਆ ਸੀ, ਉਹਨੇ ਵੀ ਪੜਿਆ ਸੀ ਸਿੱਖ ਧਰਮ, ਸਿੱਖ ਧਰਮ ਕੀ ਹੈ, ਰੋਕਿਆ ਗਿਆ ਉਹਨੂੰ ਕੁਝ ਜਥੇਬੰਦੀਆਂ ਨੂੰ, ਦੇਸ਼ ਦੇ ਪ੍ਰਧਾਨ ਮੰਤਰੀ ਰੋਕਿਆ ਉਹਨੂੰ, ਉਹ ਕਹਿੰਦੀ ਨਾ ਮੈਂ ਜਾਊ, ਫਿਰ ਸ਼ਰਤ ਲਾਈ ਉਹਦੇ ਤੇ, ਕਹਿੰਦੇ ਵੀ ਦੁਰਗਿਆਨਾ ਮੰਦਿਰ ਜਾ, ਉਹ ਕਹਿੰਦੀ ਨਾ ਦਰਬਾਰ ਸਾਹਿਬ ਜਾਊ, ਫਿਰ ਕਹਿੰਦੇ ਤੈਨੂੰ ਜਲਿਆਂ ਵਾਲੇ ਜਾ ਕੇ ਮਾਫ਼ੀ ਮੰਗਣੀ ਪਊਗੀ ਬਾਅਦ, ਕਹਿੰਦੀ ਬਿਲਕੁਲ ਹਾਂ, ਮੈਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੂੰਗੀ, ਮਾਫ਼ੀ ਮੁਫ਼ੀ ਅਰਦਾਸ ਕਰੂੰਗੀ। ਲੰਬਾ ਚੌੜਾ ਵਿਸ਼ਾ ਸੀ ਉਹ, ਉਸ ਤੇ ਉਹ ਲੰਮਾ ਚੌੜਾ ਵਿਸ਼ਾ ਉਹਦੇ ਬਾਰੇ ਅਸੀਂ ਕਾਹਨੂੰ ਕੋਈ ਬੰਦ ਛੇੜਨਾ ਚਾਹੁੰਦੇ ਸੀ, ਤੇ ਗੱਲ ਕੀਤੀ ਵੀ ਉਹਨੇ ਮਹਾਰਾਣੀ ਨੇ ਜਿਹੜਾ ਸੀ ਉਹ ਸ਼ੇਰਾਂ ਦੇ ਵਾੜੇ ਦੇ ਗਿੱਦੜਾਂ ਦੀ ਤੱਤੇ ਬਿਆਨ ਦੇਣ ਦੇ ਨਾਲ ਚੌਲਾ ਸਾਹਿਬ ਪਾਣੀ ਗਰਮ ਨਹੀਂ ਹੁੰਦੇ, ਖੂਨ ਜ਼ਰੂਰ ਤੱਤੇ ਹੋ ਜਾਂਦੇ। ਚਲੋ ਆਪਾਂ ਅਗਲੀ ਕਾਲ ਲੈ ਲੈਣੇ, ਲਾਸਟ ਕਾਲ ਹੈ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।
ਫੱਫੇ ਫੁੱਟਣੀਆਂ ਕਹਿੰਦੇ ਹੋ, ਅਸੀਂ 84 ਦੇ ਵਿੱਚ ਜਦੋਂ ਦਿੱਲੀ ਦੇ ਦੰਗੇ ਹੋਏ ਨੇ, ਦੰਗੇ ਕਹਿ ਲਓ ਆਪਣਾ, ਮੋਹਾਲੀ ਗਏ ਆ, ਸਾਨੂੰ ਪਤਾ ਕੀ ਕਹਿੰਦੇ ਸੀ, ਜੱਟ ਵੀ ਸਾਰੇ ਸਾਨੂੰ ਕਹਿੰਦੇ ਸੀ ਦਿੱਲੀ ਦੇ ਪਾਪੇ ਆ ਗਏ ਨੇ, ਕਿਸੇ ਨੇ ਵੈਲਕਮ ਨਹੀਂ ਕੀਤਾ ਪੰਜਾਬ ਤੋਂ ਆਪਣਾ ਦਿੱਲੀ ਤੋਂ। ਮੈਂ ਤੁਹਾਡਾ ਡਿਸਐਗਰੀ ਆ ਜੀ, ਮਾਫ ਕਰਨਾ ਜੀ, ਮਾਫ ਕਰਨਾ ਭਾਜੀ, ਤੁਸੀਂ ਰੇਡੀਓ ਤੇ ਬੋਲ ਰਹੇ ਹੋ ਤੇ ਨਾਲ ਵਰਲਡ ਵਾਈਡ ਚੱਲ ਰਿਹਾ, ਤੇ ਮੈਨੂੰ ਮੇਰਾ ਧਰਮ ਜਾਂ ਮੇਰੀ ਜ਼ਮੀਰ ਜਾਂ ਮੇਰਾ ਮਾਇਕ ਆ ਗਿਆ ਨਹੀਂ ਦੇਵੇਗਾ। ਵਿਦ ਡਿਊ ਰਿਸਪੈਕਟ, ਲੋਕਾਂ ਨੇ 1984 ਦੇ ਕਤਲੇਆਮ ਦੇ ਪੀੜਤਾਂ ਲਈ ਦਰਵਾਜ਼ੇ ਖੋਲੇ, ਸਹਾਇਤਾ ਕੀਤੀ, ਪਰ ਬਾਅਦ ਦੇ ਵਿੱਚ ਅਸੀਂ ਇਹ ਵਰਡ ਸੁਣਦੇ ਦਿੱਲੀ ਦੇ ਪਾਪੇ ਆ ਨਾ, ਜਿਨ੍ਹਾਂ ਨੇ ਕਿਹਾ ਹੋਊਗਾ ਉਹ ਵੇਖੋ, ਉਹ 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 ਅੱਜ ਵੀ ਦੂਰੇ ਨੇ ਤੇ ਕੱਲ ਵੀ ਦੂਰੇ ਨੇ, ਚਾਹੇ ਉਹ ਬਾਣੇ ਦੇ ਵਿੱਚ ਨੇ ਤੇ ਚਾਹੇ ਸਾਡੇ ਲੀਡਰਸ਼ਿਪ ਬਹੁਤ ਭਾਜੀ ਤੁਸੀਂ ਸੁਣ ਤਾਂ ਲਓ, ਪਰ ਉਹਨਾਂ ਨੂੰ ਕਿਸ ਖਾਤੇ ਚ ਰੱਖੋਗੇ ਜਿਨ੍ਹਾਂ ਨੇ ਆਪਣੇ ਘਰ ਵੀ ਖੋਲ ਦਿੱਤੇ, ਜਾਇਦਾਦਾਂ ਵੀ ਉਹਨਾਂ ਨੇ ਵੰਡ ਦਿੱਤੀਆਂ ਵੀ ਆ ਜਾਓ ਤੁਹਾਡੇ ਕੋਲ ਅਸੀਂ। ਅੱਛਾ, ਪ੍ਰਸ਼ਾਸਨ ਨੇ ਅੰਮ੍ਰਿਤਸਰ ਦੇ ਪੱਟੀ ਸਾਹਿਬ ਅਜਨਾਲੇ ਵਾਲੇ ਪਾਸੇ ਜਾ ਕੇ ਵੇਖੋ ਕਲੋਨੀਆਂ ਬਣਾ ਕੇ ਦਿੱਤੀਆਂ ਰਹਿਣ ਬਸੇਰੇ ਵਾਸਤੇ ਪੰਜਾਬ ਸਰਕਾਰ ਵਾਰ ਨੇ, ਪਿੰਡਾਂ ਦੇ ਵਿੱਚ ਲੋਕਾਂ ਨੂੰ ਜਿੱਥੇ ਆਏ 1984 ਦੇ ਕਤਲੇਆਮ ਦੇ ਪੀੜਤ, ਕਾਨਪੁਰ ਤੋਂ ਸਾਡੇ ਵੀ ਆਏ ਸੀ, ਲੋਕਾਂ ਨੇ ਜੋ ਜਿੰਨੀ ਜੁਗਦੇ ਸੀ ਉਨੀ ਸੇਵਾ ਕੀਤੀ, ਮਦਦ ਕੀਤੀ, ਹੈਲਪ ਕੀਤੀ, ਪਰ ਜਿਨ੍ਹਾਂ ਨੇ ਭਾਪੇ ਕਿਹਾ ਵਾ ਉਹ ਅੱਜ ਵੀ ਜਿਨ੍ਹਾਂ ਨੂੰ ਭਾਪੇ ਕਹਿੰਦੇ ਨੇ ਨਾ, ਉਹ ਕਹਿਣ ਵਾਲਿਆਂ ਨੂੰ ਲੱਖ ਗੁਣਾ ਉੱਚੇ ਨੇ, ਲੱਖ ਗੁਣਾ ਉਹ ਸਿੱਖ ਨੇ, ਚੰਗੇ ਸਿੱਖ ਨੇ, ਬੇੜਾ ਗਰਕ ਵੀ ਉਹਨਾਂ ਨੇ ਕੀਤਾ ਆ, ਤੁਸੀਂ ਨਾਂ ਨਾ ਲਓ, ਬੇੜਾ ਗਰਕ ਵੀ ਉਹਨਾਂ ਨੇ ਕੀਤਾ ਆ, ਤੇ ਸਿੱਖੀ ਦੇ ਵਿੱਚ ਜੇ ਮਘੋਰਾ ਤੇ ਸਭ ਤੋਂ ਵੱਡਾ ਉਹ ਸਾਡੀ ਜਾਤ ਪਾਤ ਦਾ ਹੋਮੇ ਹੀ ਆ, ਹੋਰ ਕੋਈ ਨਹੀਂ ਹੈਗਾ, ਉਹੀ ਮੈਂ ਉਹੀ ਕਹਿ ਰਿਹਾ ਬਸ, ਸਾਡੇ ਲੀਡਰਾਂ ਨੇ ਮਿਹਰਬਾਨੀ ਜਨਾਬ, ਸੋ ਨਾਈਸ, ਆਈ ਲਵ ਯੂ, ਸਾਡੇ ਕੋਲ ਇਹ ਪ੍ਰੂਫ ਕੋਈ ਨਹੀਂ ਹੈ ਕਿ ਤੁਸੀਂ 1984 ਦੇ ਕਤਲੇਆਮ ਦੇ ਪੀੜਤ ਹੋ, ਜੇ ਪੀੜਤ ਹੁੰਦੇ ਤੁਸੀਂ ਦੰਗੇ ਨਾ ਕਹਿੰਦੇ, ਦੰਗਿਆਂ ਦੀ ਪਰਿਭਾਸ਼ਾ ਹੁਣ ਤੱਕ ਤੁਸੀਂ ਸਮਝ ਗਏ ਹੁੰਦੇ, ਕਿਉਂ ਪੱਟੀ ਸਾਹਿਬ ਜੀ ਜੀ ਮੈਂ ਤੁਹਾਨੂੰ ਹੋਰ ਦੱਸਿਆ ਜੀ, ਵੀਰ ਜੀ ਪਾਪਾ ਸ਼ਬਦ ਦਾ ਮਤਲਬ ਹੁੰਦਾ ਵੱਡਾ, ਵੱਡਾ ਸਤਿਕਾਰਯੋਗ ਆ ਪਾਪਾ ਲਫ਼ਜ਼, ਲਫ਼ਜ਼ ਬੇਸਿਕਲੀ, ਹਾਂ ਬਹੁਤ ਸਤਿਕਾਰਯੋਗ, ਅਸੀਂ ਉਹਨੂੰ ਮਜ਼ਾਕ ਚ ਲੈਂਦੇ ਆ, ਮਜ਼ਾਕ ਨੀ ਲੈਣਾ ਚਾਹੀਦਾ, ਪਾਪਾ ਦਾ ਸ਼ਬਦ ਵੱਡਾ, ਅਸੀਂ ਆਪਣੇ ਤੋਂ ਵੱਡੇ ਨੂੰ ਪਾਪਾ ਕਹਿੰਦੇ ਆ, ਸਤਿਕਾਰ ਕਰਦੇ ਉਹਦਾ, ਇਹ ਇੱਕ ਵੱਖਰੀ ਗੱਲ ਆ, ਥੋੜੀ ਜੀ ਰੈਨੋਵੇਸ਼ਨ ਕੀਤੀ ਸੀਗੀ, ਉਸ ਵਕਤ ਮੇਰੀਆਂ ਕੋਈ ਕਿਤਾਬਾਂ ਮੰਗ ਕੇ ਵੀ ਲੈ ਜਾਂਦੇ ਨੇ, ਪਾਪਾ ਲਫ਼ਜ਼ ਵੀ ਕਿੱਥੋਂ ਸ਼ੁਰੂ ਹੋਇਆ, ਜ਼ਕਰੀਆ ਖਾਨ ਨੇ ਜਦੋਂ ਢੰਡੋਰੀ ਪਟਾਈ ਆ ਨਾ, ਮੈਂ ਇੱਕ ਲਾਈਨ ਪੜ੍ਹੀ ਸੀਗੀ ਬੰਦੇ ਦੀ, ਉਹਨੇ ਬ੍ਰੈਕਟ ਚ ਲਿਖਿਆ ਸੀਗਾ, ਲੇਖਕ ਦਾ ਨਾਂ ਨੀ ਯਾਦ ਆ ਰਿਹਾ ਮੈਨੂੰ, ਕਹਿੰਦਾ ਇਹਨਾਂ ਦੇ ਤਾਕਤ ਦਾ ਰਾਜ ਕੀ ਆ, ਜਿਵੇਂ ਉਹਨੇ ਪੁੱਛਿਆ ਸੀ ਨਾ ਵੀ ਕਿੱਥੇ ਰਹਿੰਦੇ ਨੇ, ਜ਼ਕਰੀਆ ਖਾਨ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਪੁੱਛਿਆ ਸੀ ਵੀ ਕਿੱਥੇ ਰਹਿੰਦਾ, ਕਹਿੰਦਾ ਘੋੜਿਆਂ 'ਤੇ ਰਹਿੰਦੇ ਨੇ, ਕੀ ਖਾਂਦੇ ਨੇ, ਕਹਿੰਦਾ ਵੀ ਪਤਾ ਨਹੀਂ ਕੀ ਜੰਗਲਾ ਬੀਆਬਾਨਾਂ ਦੇ ਵਿੱਚ ਜੋ ਆਇਆ ਛੱਕ ਲਿਆ, ਹਾਂਜੀ ਉਹ ਡੁਪਲੀਕੇਟ ਬਣਾ ਕੇ ਸਿੱਖ ਦਿਖਾਏ ਸੀ, ਮੀਰਜ਼ਾਦਿਆਂ ਨੇ ਜਦੋਂ ਨਕਲ ਕੀਤੀ ਸੀ ਅਰਦਾਸ ਹੀ ਕਹਿੰਦੇ ਇੰਨੀ ਸਖਤ ਹੋ ਗਈ ਸੀ, ਅਰਦਾਸ ਸਿੱਖ ਕਰ ਦਿੱਤੀ ਅਤੇ ਉਹ ਜਿੰਨੇ ਵੀ ਉਹ ਉਹਨਾਂ ਦੇ ਸਿਪਾਹੀ ਸੀ ਕੱਲੇ ਕੱਲੇ ਨੇ ਭੜਕਾ ਕੇ ਫਰਾ ਮਾਰੇ, ਖੈਰ ਬਾਅਦ ਦੇ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਲੰਬੀ ਸਟੋਰੀ ਆ, ਮੈਂ ਵਾਪਸ ਆਉਂਦਾ, ਜ਼ਕਰੀਆ ਖਾਨ ਨੇ ਗੁਰੂ ਕਹਿਣ ਦੇ ਉੱਤੇ ਪਾਬੰਦੀ, ਗੁੜ ਕਹਿਣ 'ਤੇ ਪਾਬੰਦੀ, ਅਤੇ ਮੁੜ ਕੇ ਰੋੜੀ ਕਹਿਣ ਲੱਗ ਪਏ ਸੀ, ਗੁੜ ਨੂੰ ਰੋੜੀ ਕਹਿੰਦੇ ਸੀ, ਉਹ 'ਤੇ ਪਾਬੰਦੀ, ਅਤੇ ਉਦੋਂ ਬਾਅਦ ਇਹ ਕਾਰਡ ਕੱਢੀ, ਕਹਿੰਦਾ ਬ੍ਰੈਕਟ ਸ਼ਾਇਦ ਹੋ ਸਕਦਾ ਪਾਪਾ ਲਫ਼ਜ਼ ਉਦੋਂ ਸ਼ੁਰੂ ਹੋਇਆ ਹੋਵੇ, ਵੀ ਇਹ ਰੋੜੇ ਜਿਹੜੇ ਨੇ ਪਾਪੇ ਨੇ, ਇਹ ਰੋੜੀ ਲਫ਼ਜ਼ ਤਾਂ ਸਿੱਖਾਂ ਦਾ ਹੀ ਆ, ਕੁਛ ਉਦੋਂ ਜਾਤ ਨਹੀਂ ਸੀ ਹੈਗੀ ਤੁਹਾਡੀ, ਸਿੱਖੋ ਉਹ ਛੱਤਰੀ ਸੀ, ਕੁਛਤਰੀ ਸੀ, ਕਿਹੜੀ ਗੱਲ ਕਰਦੇ, ਉਹਨੇ ਬੜਾ ਲੰਬਾ ਚੌੜਾ ਲਿਖਿਆ, ਮੈਂ ਕੱਢ ਕੇ ਤੁਹਾਨੂੰ ਸੁਣਾਊਂਗਾ ਪੱਟੀ ਸਾਹਿਬ, ਤੁਸੀਂ ਜੋੜ ਕੇ ਤਾਂ ਵੇਖੋ ਕਿੱਥੇ ਜਾਂਦਾ ਉਹ ਅਗਲਾ ਲੇਖਕ, ਕਿੱਥੋਂ ਤੱਕ ਜਾ ਕੇ ਜਾ ਪਹੁੰਚਿਆ, ਸੋਚ ਆ ਲੇਖਕ ਦੀ ਕਿੱਥੋਂ ਚੱਲ ਗਿਆ, ਕਿੱਥੋਂ ਚੱਲ ਗਿਆ, ਉਹ ਰੋੜੀ ਤੋਂ ਕਹਿੰਦਾ ਸ਼ਾਇਦ ਉਸ ਵਕਤ ਬਈ ਇਹ ਮਤਲਬ ਆਮ ਤੌਰ 'ਤੇ ਲਫ਼ਜ਼ ਪਾਪਾ ਰੋੜੇ ਅਤੇ ਰੋੜੀ ਤੋਂ ਬਾਅਦ ਪਾਪਾ ਰੋੜਾ ਲਫ਼ਜ਼, ਤਾਂ ਇਹਨਾਂ ਨੇ ਇੱਦਾਂ ਕੀਤਾ ਵਾ, ਕਿਹੜੇ ਸਿੱਖ ਨੇ ਉਸ ਆਪ ਤੁਸੀਂ ਦੇਖ ਲਓ ਕਿ ਉਸ ਵਕਤ ਦੇ ਪੂਰਨ ਸਿੱਖ ਨੇ, ਪੂਰਨ ਗੁਰਸਿੱਖਾਂ ਨੂੰ ਇਹ ਲਫ਼ਜ਼ ਜਿਹੜਾ ਵਾ ਬ੍ਰੈਕਟ ਦੇ ਵਿੱਚ ਨੇ ਪਾਪਾ ਲਿਖਿਆ, ਪਾਪਾ ਕੋਈ ਕੋਈ ਇੱਕ ਘਿਰਨਾ ਦਾ ਪਾਤਰ ਨਹੀਂ, ਸਤਿਕਾਰਯੋਗ ਵੱਡਿਆਂ ਨੂੰ ਕਹਿਣਾ, ਆਪਣੇ ਤੋਂ ਵੱਡਿਆਂ ਨੂੰ ਕਹਿਣਾ, ਅਤੇ ਜਿਹੜੇ ਕਹਿੰਦੇ ਨੇ ਉਹ ਬਸ ਫਿਰ ਅੱਜ ਵੀ ਅਤੇ ਕੱਲ੍ਹ ਵੀ ਦੇਖ ਲੈਣ ਕਿ ਹੋਰ ਕਿੰਨਾ ਕੁ ਆਪਣੇ ਆਪ ਹੀ ਉਹ ਨੁਕਸਾਨ ਦੇਖਣਾ।
ਉਹ ਦੇਖ ਲੈਣਗੇ। ਚਲ ਬਹੁਤ ਸ਼ੁਕਰੀਆ ਪੱਟੀ ਸਾਹਿਬ, ਚੰਗਾ ਲੱਗਦਾ ਤੁਹਾਡੇ ਨਾਲ ਗੱਲਬਾਤ ਕਰਕੇ। ਫਿਰ ਮਿਲਦੇ ਹਾਂ ਸਵੇਰੇ, ਸਵੇਰੇ ਗੁੱਡ ਮਾਰਨਿੰਗ ਸ਼ੋਅ ਦੇ ਵਿੱਚ। ਰੱਬ ਰਾਖਾ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।